ਸਤਿਨਾਮ ਵਾਹਿਗੁਰੂ ਸਾਹਿਬ ਜੀਓ ਆਰਾਮ ਕਲੀ ਮਹਲਾ ਪੰਜਵਾਂ ਰਤਨ ਜਵੇਹਰ ਨਾਮ ਸਤ ਸੰਤੋਖ ਗਿਆਨ ਸੂਖ ਸਹਿਜ ਦਇਆ ਕਾ ਪੂਤਾ ਹਰ ਭਗਤਾ ਹਵਾਲੇ ਹੋਤਾ ਰਤਨ ਜਵੇ ਹਰ ਨਾਮ ਸਤ ਸੰਤੋਖ ਗਿਆਨ ਸੂਖ ਸਹਿਜ ਦਇਆ ਕਾ ਪੋਤਾ ਹਰ ਭਗਤਾ ਹਵਾਲੇ ਹੋਤਾ ਮੇਰੇ ਰਾਮ ਕੋ ਪੰਧਾਰ ਖਾਤ ਖਰਚ ਕਛ ਟੋਟ ਨਾ ਆਵੈ ਅੰਤ ਨਹੀਂ ਹਰ ਪਾਰ ਆਵਾ ਰਹਾ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ ਸੁੰਨ ਸਮਾਧ गुफा तहै आसन केवल ब्रह्म पूरन तहै बासन भक्त संग प्रभु गोष्ट करथ तहै हरख ना शोक ना जन्म ना मर्त कर कृपा जस आप देवाया साध संग ਤិន ਹਰ ਥਨ ਪਾਇਆ ਦਇਾਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਨ ਹਰ ਮੇਰੀ ਰਾਸ ਕਰ ਕਿਰਪਾ ਜਿਸ ਆਪ ਦਿਵਾਇਆ ਸਾਧ ਸੰਗ ਤិន ਹਰ ਥਨ ਪਾਇਆ ਦਇਾਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਨ ਹਰ ਮੇਰੀ ਰਾਸ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਤਲ ਦੀ ਸ਼ਾਮ ਸਤਸੰਗਤ ਦੇ ਸਮਾਸੀ ਬਾਣ ਪਾ ਰਹੇ ਆ ਗੁਰੂ ਹਜ਼ੂਰੀ ਨੂੰ ਬਾਣਦੇ ਆ ਗੁਰਬਾਣੀ ਕੀਰਤਨ ਸਰੋਤ ਹੋ ਰਿਹਾ ਸੀ ਹੁਣ ਸਮਾ ਬਣਿਆ ਹੈ ਗੁਰਸ਼ਬਦ ਵਿਆਖਿਆ ਦਾ ਇਸ ਲੜੀ ਵਿੱਚ ਆਰਾਮ ਖਲੀ ਰਾਗ ਦਾ ਉਪਦੇਸ਼ ਹੈ ਗੁਰੂ ਅਰਜਨ ਮਹਾਰਾਜ ਦੁਆਰਾ ਉਚਰਿਤ ਕੀਤੀ ਗਈ ਮੁਕਾਮੀ ਬਾਣੀ ਹੈ ਆਪ ਜੀ ਨੇ ਜੋ ਬਚਨ ਸਰਵਨ ਕੀਤਾ ਇਹਦੀ ਵਿਵੇਚਨਾ ਹਮੇਸ਼ਾ ਦੀ ਤਰ੍ਹਾਂ ਰਹਾਉ ਦੇ ਬੰਦ ਤੋਂ ਅਸੀਂ ਪ੍ਰారంਭ ਕਰ ਰਹੇ ਹਾਂ ਮਹਾਰਾਜ ਬਿਆਨ ਕਰਦੇ ਨੇ ਮੇਰੇ RAM ਕੋ ਪੰਧਾਰ ਖਾਤ ਖਰਚ ਕਛ ਟੂਟਣਾ ਆਵੈ ਅੰਤ ਨਹੀਂ ਹਰ ਪਾਰਾ ਵਾਰ ਰਹਾਉ ਮੇਰੇ RAM ਕੋ ਪੰਧਾਰ ਪੰਧਾਰ ਕਿਸੇ ਟ੍ਰੈਜਰ ਨੂੰ ਜਾਂ ਖਜ਼ਾਨੇ ਨੂੰ ਕਿਹਾ ਜਾਂਦਾ ਹੈ ਸਾਡੀ ਆਮ ਭਾਸ਼ਾ ਦੇ ਵਿੱਚ ਗੁਰਬਾਣੀ ਦੇ ਅੰਦਰ ਬੜੇ ਮੈਟਾਫੋਰਿਕ ਵੇ ਦੇ ਨਾਲ ਮਸਾਲਾ ਦੇ ਕੇ ਚੀਜ਼ਾਂ ਨੂੰ ਬਿੰਬਿਤ ਕਰਕੇ ਉਹਨਾਂ ਨੂੰ ਬਿੰਬ ਸਿਰਜ ਕੇ ਪ੍ਰਤੀਕ ਸਿੰਬੋਲਿਕ ਵੇ ਦੇ ਨਾਲ ਸਾਨੂੰ ਮਹਾਰਾਜ ਨੇ ਸੱਚ ਦਾ ਉਪਦੇਸ਼ ਤ੍ਰਿੜ ਕਰਵਾਇਆ ਹੈ ਅਸੀਂ ਕਿੰਨੀ ਕਿੰਨੀ ਵਾਰ ਇਸ ਤਰ੍ਹਾਂ ਦੇ ਸ਼ਬਦ ਬਾਣੀ ਚ ਪੜ੍ਹਦੇ ਆ ਕਿਤੇ ਬਾਬਾ ਜੀ ਕਹਿੰਦੇ ਆ ਕਾਚਾ ਤਨ ਸੰਚੈ ਮੂਰਖ ਗਾਵਾਰ ਸਾਚਾ ਤਨ ਗੁਰਮਤੀ ਪਾਏ ਕਾਚਾ ਤਨ ਫੁਨ ਆਵੇ ਜਾਏ ਹੁਣ ਤਨ ਦੀ ਗੱਲ ਹੋ ਰਹੀ ਏ ਕੱਚਾ ਤਨ ਸੱਚਾ ਤਨ ਤਨ ਤੇ ਧਾਨਿਆ ਸਪੋਜ਼ ਆਪਾਂ ਕਿਸੇ ਡਿਮ ਹੌਟਲ ਨੂੰ ਅਸੀਂ ਜਾਣੇ ਆ ਉੱਥੇ ਅਸੀਂ ਕਾਫੀ ਆਰਡਰ ਕਰਦੇ ਆ ਬੈਗ ਅਲ ਆਰਡਰ ਕਰਦੇ ਆ ਕੁਝ ਸਮਾਨ ਖਰੀਦਦੇ ਆ ਆਫਟਰਵਰਡ ਦੇ ਆਸਕ ਅ ਯੂਅਰ ਐਕਚੁਅਲੀ ਬਿਲ ਇਸ ਟੈਨ ਡਾਲਰ ਸੋ ਸਪੋਜ਼ ਅਸੀਂ ਟੈਨ ਡਾਲਰ ਦਾ ਉਹਨੂੰ ਬਿੱਲ ਦਿੰਦੇ ਹਾਂ ਇਸ ਰੂਪ ਦੇ ਵਿੱਚ ਅਤੇ ਉਹ ਸਾਨੂੰ ਪੁੱਛੇਗਾ ਜਿਹੜਾ ਉੱਥੇ ਸਾਨੂੰ ਅਟੈਂਡ ਕਰ ਰਿਹਾ ਹੈਗਾ ਕੈਸ਼ੀਅਰ ਇਜ ਇਟ ਸਾਚਾ ਧਨ ਔਰ ਕਾਚਾ ਧਨ ਕਿਹੜਾ ਧਨ ਆ ਦਿਸ ਦੈਟਸ ਨੋਟ ਦੇਅਰ ਬਿਜਨਸ ਦੇ ਨੋਟ ਗੋਨ ਆਸਕ ਅਸ ਚਲੋ ਟਿਮ ਹੋਟਲ ਨੂੰ ਛੱਡੋ ਆਪਾਂ ਕੋਈ ਲਗਜ਼ਰੀਅਸ ਕਾਰ ਬਾਏ ਕਰਨ ਲਈ ਚਲੇ ਜਾਂਦੇ ਹਾਂ ਦੋ ਲੱਖ ਡਾਲਰ ਦੀ ਕਿ ਉਹ ਜਿਹੜੇ ਕਾਰ ਡੀਲਰਸ ਹੈਗੇ ਨੇ ਉਹ ਸਾਨੂੰ ਕਹਿਣਗੇ ਅੱਛਾ ਤੁਸੀਂ ਤਨ ਕਿਵੇਂ ਬਣਾਇਆ ਫਿਰਾਨੂੰ ਦੱਸੋ ਸਾਨੂੰ ਆਫਟਰਵਰਡ ਵੀਕਨ ਆਕਚੁਅਲੀ ਬਿਜ਼ਨਸ ਵਿਦ ਯੂ ਗਾਇਸ ਨਾਟ ਐਟ ਆਲ ਤਨ ਤੇ ਤਾਨਿਆ ਲੋਕਾਂ ਨੂੰ ਕੀ ਕੀ ਫਰਕ ਪੈਂਦਾ ਹੈਗਾ ਬਾਬਾ ਜੀ ਕਾਚਾ ਤਨ ਸਾਚਾ ਤਨ ਦੀ ਗੱਲ ਕਰਦੇ ਗੱਲ ਕਰਦੇ ਇੰਟੀਗ੍ਰਿਟੀ ਦੀ ਟਰੁਥਫੁਲਨੈਸ ਦੀ ਇਨਡੀਡ ਧਰਮ ਦੀ ਗੱਲ ਹੋ ਰਹੀ ਹੈ ਤਨ ਦੇ ਜ਼ਰੀਏ ਧਰਮ ਸਮਝਾਇਆ ਜਾ ਰਿਹਾ ਹੈਗਾ ਕਿਉਂਕਿ ਤਨ ਦੀ ਗੱਲ ਸਾਨੂੰ ਪਕੜੇ ਚ ਆਉਂਦੀ ਹੈ ਤਨ ਦੇ ਮੁਤਾਬਕ ਧਰਮ ਸਮਝ ਆ ਸਕਦਾ ਹੈ ਭੰਡਾਰ ਸਰਮਾਇਦੇ ਦੌਲਤ ਦੇ ਪੈਸੇ ਦੇ ਅੰਬਾਰ ਕੌਣ ਨਹੀਂ ਲੱਭ ਰਿਆ ਹੀਰੇ ਜਵਾਹਰਾਤ ਕੀਮਤੀ ਮਾਨਕ ਸੋਨਾ ਚਾਂਦੀ ਯਾ ਬਦਲਦੀ ਜ਼ੁਨੀਆਂ ਦੇ ਵਿੱਚ ਕੈਪੀਟਲਿਸਟਿਕ ਸੋਸਾਇਟੀ ਦੇ ਅੰਦਰ ਡਿਫਰੈਂਟ ਡਿਫਰੈਂਟ ਕੈਪੀਟਲ ਪ੍ਰੋਡਕਟ ਕੌਣ ਨਹੀਂ ਲੈਣਾ ਚਾਹੇਗਾ ਪਰ ਗੁਰੂ ਬਾਬਾ ਜੀ ਕਹਿੰਦੇ ਭੰਡਾਰ ਸਿਰਫ ਬਾਹਰ ਨਹੀਂ ਹੁੰਦੇ ਭੰਡਾਰ ਜੀਵਨ ਦੇ ਜੀਣ ਦੇ ਢੰਗ ਤਰੀਕੇ ਸਲੀਕੇ ਵਰਤੋਂ ਵਿਹਾਰ ਉਹਦੇ ਵਿੱਚ ਹੁੰਦੇ ਨੇ ਬੰਦਾ ਲ ਸੋਚਦਾ ਹੈ ਧਨ ਸਿਰਫ ਰੋਕੜ ਹੈ ਲੈਣ ਦੇਣ ਦਾ ਐਕਚੁਅਲ ਲੈਵਲ ਤੇ ਸਭ ਤੋਂ ਵੱਡਾ ਧਨ ਸਾਡਾ ਕੈਲੀਬਰ ਹੈ ਬੰਦੇ ਕੋਲੋਂ ਉਸ ਨੂੰ ਭਾਵੇਂ মিলিয়ন ਡਾਲਰ ਦੇ ਦਿਓ ਕੈਲੀਬਰ ਖੋਲੋ ਉਹਦੇ ਕੋਲ ਕੀ ਹੋਏਗਾ ਬਖਾਰੀਆਂ ਤੋਂ ਬੱਤਰ ਹੋਏਗਾ ਫਿਰ ਇਸ ਤੋਂ ਨੈਕਸਟ ਲੈਵਲ ਤੇ ਦੇਖੀਏ ਕੈਲੀਬਰ ਮੀਨ ਜਸਟ ਨੋਟ ਅ ਸਕਿੱਲ दैट ਸਮਵਨ ਕੈਨ ਡੂ ਸਮ ਸੋਰਟ ਆਫ ਵਰਕ অর ਸਮ ਸੋਰਟ ਆਫ professionl activities ਨੋ ਐਜ਼ ਅ ਹਿਊਮਨ ਬੀنگ ਕਿਸ ਕਿਸਮ ਦੇ ਵਰਚੂਜ਼ ਕਿਸ ਕਿਸਮ ਦੀਆਂ ਕੁਆਲਿਟੀਆਂ ਉਹਦੇ ਬਿਹੇਵੀਅਰ ਉਹਦੇ ਕਿਰਦਾਰ ਦੇ ਨਾਲ ਆਕੂਪਈ ਹੋ ਗਈਆਂ ਉਸ ਉਹਨਾਂ ਨੂੰ ਨੇ ਅਟੈਂਡ ਕਰ ਲਿਆ ਹੈ ਇਹ ਭੰਡਾਰ ਕੌਣ ਨਹੀਂ ਚਾਹੇਗਾ ਸਪੋਜ਼ ਸਾਡੀ ਪਹਿਚਾਨ ਕੋਈ ਇੱਕ ਬੰਦਾ ਆਇਆ ਉਹਨੂੰ ਲੋਕ ਕਿਵੇਂ ਜਾਣਣ ਮਿੱਠ ਬੋਲੜਾ ਕਰਕੇ ਜਾਂ ਬੇਲੋੜਾ ਬੋਲਣ ਕਰਕੇ ਬੰਦਾ ਕਹੇਗਾ ਮਿੱਠ ਬੋਲੜਾ ਕਰਕੇ ਕਿਸੇ ਦੀ ਪਹਿਚਾਨ ਇਸ ਕਰਕੇ ਬਣੇ ਕਿ ਇਹ ਬੰਦਾ ਬੜਾ ਇੰਪੇਸ਼ੀਐਂਟ ਆ ਬੜਾ ਇੰਪਲਸੀਵ ਆ ਨਾ ਪਹਿਚਾਨ ਕਿਵੇਂ ਬਣਨੀ ਚਾਹੀਦੀ ਬੜਾ ਸਹਿਜ ਵਾਲਾ ਆ ਬੜਾ ਧੀਰਜ ਵਾਲਾ ਆ ਪਹਿਚਾਨ ਕੈਸੀ ਬਣੇ ਕਿ ਇਹ ਬੰਦਾ ਜਿਹੜਾ ਬੜਾ ਅਖੜਿਆ ਬੜਾ ਕਹਿ ਲੋ ਕਿ ਮਤਲਬ ਇਨ ਸਿਵਲਾਈਜ਼ਡ ਕਾ ਕਿਸਮ ਦਾ ਬਿਹੇਵੀਅਰ ਹੈਗਾ ਇਹ ਤਾਂ ਨੋ ਵੈਰੀ ਸਿਵਲਾਈਜ਼ ਵੈਰੀ ਪੋਲਾਈਟ ਸੋ ਇਹ ਅਸਲ ਪੰਡਾ ਆ ਰਿਹਾ ਮਹਾਰਾਜ ਕਹਿੰਦੇ ਇਹ ਅਟੇਨ ਕਰਨਾ ਹੈ ਜਿਸ ਨੂੰ ਸੀ ਭੰਡਾਰ ਮੰਦੇ ਉਹ ਇਸ ਭੰਡਾਰ ਦੀ ਇਸ ਸ਼ਕਸ਼ੀ ਉਸਾਰੀ ਦੀ ਪਰਛਾਈ ਹੈ ਉਹਦੇ ਮਗਰ ਦੁਰੇਗਾ ਇਨਸਾਨੀ ਜੀਵਨ ਦੇ ਵਿੱਚ ਗੁਣਾਂ 'ਚ ਇਜ਼ਾਫਾ ਹੋ ਜੇ ਗੁਣ ਕਿਰਦਾਰੀਅਤ ਬਣ ਜੇ ਸਾਡੀ ਧਰਤੀ ਦੀ ਕਿਹੜੀ ਸ਼ੈ ਹੈ ਕਿਹੜੀ ਪੋਜੀਸ਼ਨ ਪੋਜੀਸ਼ਨ ਪੋゼਸ਼ਨ ਵਟ ਏਵਰ ਯੂ ਕੈਨ ਐਕਚੁਅਲੀ ਤੁਸੀਂ ਉਹਦਾ ਨਾਮ ਲਵੋ ਮਗਰ ਤੁਰੇਗੀ ਗੁਰੂ ਬਾਬਾ ਜੀ ਨੇ ਆ ਬਾਤ ਕੀਤੀ ਕਿ ਮੇਰੇ ਰਾਮ ਕੋ ਪੰਡਾਰ ਮੇਰੇ ਰੱਬ ਦੇ ਘਰ ਦੇ ਵਿੱਚ ਕਿਹੜਾ ਪੰਡਾਰ ਨਹੀਂ ਹੈਗਾ ਕਿਸ ਖਜ਼ਾਨੇ ਦੀ ਕਮੀ ਹੈਗੀ ਇਹ ਅਧਿਆਤਮਿਕ ਤਲ ਦੇ ਉੱਤੇ ਮਤਲਬ ਜਿੰਨੇ ਜੇ ਆਪਾਂ ਬੇਸਿਕ ਲੈਵਲ ਤੇ ਬਾਤ ਕਰੀਏ ਨਾ ਅਨਫੋਰਚਨਟਲੀ ਕੁਝ ਬਦਲਦੇ ਸਮਾਜ ਤੇ ਮੁਹਾਜ ਦੇ ਵਿੱਚ ਚੀਜ਼ਾਂ ਨੂੰ ਬੜੇ ਸੁਪਰਫਿਸ਼ੀਅਲ ਵੇ ਦੇ ਨਾਲ ਐਕਸਪਲੇਨ ਕੀਤਾ ਜਾਂਦਾ ਤੇ ਉਹਨੂੰ ਦੇ ਅੰਡਰਸਟੈਂਡਿੰਗ ਵੇਸੇ ਤਰੀਕੇ ਨਾਲ ਕਰ ਲਈ ਗਈ ਅੱਜ ਤੇ ਪੜਨ ਪੜਾਉਣ ਦਾ ਕਿਤੇ ਕੋਲ ਸਮਾਂ ਆ ਆ ਸੋ ਕਾਲਡ ਸੋਸ਼ਲ ਮੀਡੀਆ ਤੇ ਸਾਰਾ ਬਸ ਇਧਰੋਂ ਕਲਿੱਪ ਆ ਗਈ ਇਧਰੋਂ ਸੁਣ ਲਈ ਇਧਰੋਂ ਸੁਣ ਲਈ ਇਹ ਸਾਰੀ ਦੀ ਜਿਹੜੀ ਇਨਫੋਰਮੇਸ਼ਨ ਟ੍ਰਾਂਸਫਾਰਮ ਹੋ ਰਹੀ ਹੈ ਸਾਡੇ ਥਾਟਸ ਦੇ ਅੰਦਰ ਤੇ ਅਸੀਂ অলਮੋਸਟ ਸਾਰੇ ਡਾਕਟਰਿੰਗ ਕਰਕੇ ਬੈਠੇ ਆਪਾਂ ਆਪਣੇ ਏਰੀਆ ਦੇ ਵਿੱਚ ਹਰ ਬੰਦਾ ਐਕਸਪਰਟ ਆ ਕਿਸੇ ਨੂੰ ਪੁੱਛ ਕੇ ਦੇਖੋ ਹੈ ਤਾਂ ਕੋਵਿਡ ਟਾਈਮ ਚੱਲਿਆ ਆਪ ਅੰਦਾਜ਼ਾ ਲਾਓ ਕਿਸੇ ਦੇ ਨਾਲ ਗੱਲਬਾਤ ਕਰਨ ਦਾ ਮੋਹਾਰ ਹੀ ਨਹੀਂ ਸੀਗਾ ਹਰ ਬੰਦੇ ਦੀ ਆਪਣੀ ਰੈਮੇਡੀ ਸੀ ਹਰ ਬੰਦੇ ਦੀ ਆਪਣੀ ਇੱਕ ਨਵੀਂ ਦਵਾਈਆਂ ਵਾਸਤੇ ਇਲਾਜ ਦਾ ਟ੍ਰੀਟਮੈਂਟ ਸੀਗਾ ਕੋਈ ਹੱਜ ਥੋੜਾ ਸੀ ਇਹਨੰ ਮਨ ਹਰ ਲੈਵਲ ਤੇ ਤਾਂ ਆਪ ਆਪ ਦੇਖ ਸਕਦੇ ਹੋ ਸਾਰੇ ਰੂਪਾਂ ਦੇ ਅੰਦਰ ਪਰ ਬੁਨਿਆਦੀ ਤੌਰ ਤੇ ਗੱਲ ਇਹ ਹੈ ਕਿ ਬੜੀ ਸੁਪਰਫਿਸ਼ੀਅਲ ਤਰੀਕੇ ਦੇ ਨਾਲ ਮੈਨੂੰ ਯਾਦ ਆ ਸਾਡੇ ਇੱਥੇ ਸ਼ਹਿਰ ਦੇ ਵਿੱਚ ਐਸੀ ਬੜੇ ਪਿਆਰੇ ਮਿੱਤਰ ਨੇ ਮੇਰੇ ਉਸ ਰੂਪ ਦੇ ਅੰਦਰ ਬੜਾ ਪੜ੍ਹੇ ਲਿਖੇ ਰੇਡੀਓ ਹੋਸਟ ਆ। ਟੀਵੀ ਪ੍ਰੋਗਰਾਮ ਕਰਦੇ ਸੀ ਰੌਜਸ ਦੇ ਉੱਤੇ ਉਹਨਾਂ ਦਿਨਾਂ ਦੇ ਵਿੱਚ। ਸਾਨੂੰ ਬੁਲਾਇਆ ਉਹਨਾਂ ਨੇ ਕਿਸੇ ਸਪਿਰਚੁਅਲ ਟਾਕ ਵਾਸਤੇ। ਕੁਝ ਰੈਸ਼ਨਿਸਟ ਲੋਕ ਆਏ, ਕੁਝ ਰਿਲੀਜੀਅਸ ਉਹਨਾਂ ਨੂੰ ਮਤਲਬ ਉਹਦੇ ਵਾਸਤੇ ਆਏ। ਟਾਕ ਵਾਸਤੇ। ਉਹਦੇ 'ਚ ਮੈਨੂੰ ਗੁਰਦਾਰਾ ਸਾਹਿਬ ਵੱਲੋਂ ਭੇਜਿਆ ਗਿਆ ਵੀ ਵਾਈ ਡੋਂਟ ਯੂ ਗੋ ਐਂਡ ਟਾਕ ਅਬਾਊਟ ਸਿੱਖੀ ਪਰਸਪੈਕਟਿਵ। ਖਰ ਨੋ ਡਾਊਟ ਨੂੰ ਪ੍ਰੋਗਰਾਮ ਹੋਸਟ ਕਰਨਾ ਹੁੰਦਾ ਪ੍ਰੋਗਰਾਮ ਹੋਸਟ ਬੜੇ ਵਧੀਆ ਟੰਗ ਨਾਲ ਕਰਦਾ ਉਹਨੇ ਕੁਝ ਸਵਾਲਾਤ ਪੁੱਛੇ ਧਰਮ ਬਾਰੇ ਧਰਮ ਦੀ ਵਿਵਦਾ ਬਾਰੇ ਇਸ ਚੀਜ਼ ਬਾਰੇ ਉਹ ਆਪਣੇ ਟੰਗ ਨਾਲ ਐਕਸਪਰਟਸ ਬਿਆਨ ਕਰ ਰਹੇ ਮੈਨੂੰ ਮੇਰੀ ਵਾਰੀ ਆਈ ਮੈਂ ਵੀ ਉਹਨੂੰ ਕੁਝ ਦੱਸਿਆ ਕਿ ਜਿਹੜੇ ਐਥਿਕਸ ਦੀ ਗੱਲ ਹੁੰਦੀ ਹੈ ਜਿਹੜੀ ਜੀਵਨ ਦੇ ਕੋਈ ਡਿਸਪਲਨ ਦੇ ਗੱਲ ਹੁੰਦੀ ਉਸ ਰੂਪ ਦੇ ਵਿੱਚ ਖੈਰ ਹੋ ਜਦੋਂ ਕੁਝ ਗੱਲਬਾਤ ਹੋਈ ਬ੍ਰੇਕ ਤੇ ਜਾਣਾ ਉਸਨੇ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਉਹ ਆਪ ਫਿਰ ਕਮੈਂਟਰੀ ਲੈਂਦਾ ਤੇ ਕਹਿੰਦਾ ਕਿ ਗੱਲ ਇਹ ਹੈ ਕਿ ਆਈ ਕੈਨ ਨਾਟ ਐਕਚੁਅਲੀ ਬੀ ਅਗਰੀ ਵਿਦ ਦ ਥਿਸ ਕਾਈਂਡ ਆਫ ਥਾਟਸ ਥੈਟ ਐਥਿਕਸ ਐਂਡ ਪ੍ਰਿੰਸੀਪਲਸ ਵੀ ਕੈਨ ਨਾਟ ਅਟੇਨ ਵਿਦਆਊਟ ਰਿਲੀਜੀਅਨ ਔਰ ਵੈਦਰ ਰਿਲੀਜੀਅਸ ਪ੍ਰੈਕਟਿਸਿਸ ਵੀ ਕੈਨ ਅਟੇਨ ਵਿਦਆਊਟ ਥੈਮ ਇਹ ਕਹਿ ਕੇ ਬ੍ਰੇਕ ਤੇ ਚਲਾ ਗਿਆ ਚਲੋ ਫਾਈਨਲ ਮੋਰ ਆਪਣੀ ਠੋਕੀ ਤੇ ਬ੍ਰੇਕ ਤੋਂ ਵਾਪਸ ਆਇਆ ਸੋ ਮਾਈ ਨੈਕਸਟ ਕੁਐਸਚਨ ਮੈਂ ਕਹਿੰਦਾ ਫੋਰਗੇਟ ਅਬਾਊਟ ਨੈਕਸਟ ਕੁਐਸਚਨ ਲੈਟਸ ਕਮ ਯੂਰ ਅਸ ਸਟੇਟਮੈਂਟ ਤੁਸੀਂ ਕਹਿ ਰਹੇ ਸੀਗੇ ਕਿ ਕੋਈ ਰਿਲੀਜੀਅਨ ਵਗੈਰਾ ਦੀ ਲੋੜ ਨਹੀਂ ਹੈ ਕਿ ਬੰਦੇ ਕੋਲ ਐਥਿਕਸ ਦੇ ਪ੍ਰਿੰਸੀਪਲ ਹੋਣੇ ਚਾਹੀਦੇ ਨੇ ਹੈ ਨਾ ਯਾ ਦੈਟ ਦੈਟ ਇਜ਼ ਦੈਟ ਇਜ਼ਨਟ ਰਾਈਟ ਮੈਂ ਹਾਂ ਰਾਈਟ ਇਸ ਤੇਤ ਰਹੀ ਹੈ ਜਿਵੇਂ ਕੋਈ ਕਹੇ ਕਿ ਦੇਖੋ ਜੀ ਅੰਬਾਂ ਦੇ ਲੀਚੀਆਂ ਦੇ ਅਨਾਰਾਂ ਦੇ ਬੂਟੇ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਫਲ ਖਾਓ ਬਸ ਅਚਾ ਬਿਨਾ ਅੰਬਾਂ ਦੇ ਬੂਟੇ ਲਾਇਆ ਇੱਥੇ ਅਖਰੋਟ ਦਾ ਫਾਲਿਆ 25-25 ਸਾਲ ਬੂਟੇ ਲਾਇਨ ਹੋ ਜਾਂਦੇ ਫਿਰ ਫਲ ਪੈਂਦਾ ਕਿਤੇ ਜਾ ਕੇ ਕਈ ਵਾਰੀ ਫਿਰ ਵੀ ਨਹੀਂ ਪੈਂਦਾ ਇਹ ਮੈਨੂੰ ਇੰਨਾ ਕ ਅਹਿਸਾਸ ਕਰਾਓਗੇ ਕਿ ਇਹ ਜਿਹੜੇ ਐਥਿਕਸ ਦੀ ਗੱਲ ਕਰ ਰਹੇ ਹੋ ਵੇਅਰ ਆਰ ਦੇ ਕਮਿੰਗ ਫਰੋਮ ਐਥਿਕਸ ਦੀ ਸੀ ਗੱਲ ਕਰਦੇ ਆ ਕਿ ਕੁਝ ਬੰਦੇ ਚ ਐਮਪੈਥੀ ਹੋਣੀ ਚਾਹੀਦੀ ਏ ਵਾਟ ਇਜ਼ ਦ ਬੇਸ ਕੰਪੈਸ਼ਨ ਕਿੱਥੋਂ ਸਿੱਖਾਂਗੇ ਕੌਣ ਸਿਖਾਏਗਾ ਇਹ ਤੇ ਸਕੂਲ ਚੱਲੇ ਕਈ ਕਿ 100 ਸਾਲਾਂ ਦੇ ਸਪਿਰਚੁਅਲ ਰਿਲੀਜੀਅਸ ਉੱਥੇ ਐਕਸਰਸਾਈਜ਼ਸ ਹੋਈਆਂ ਕਿਹਾ ਗਿਆ ਆਪਣੇ ਤੋਂ ਉੱਪਰ ਉੱਠ ਕੇ ਦੂਜੇ ਦੀ ਭੁੱਖ ਨੂੰ ਦੇਖ ਕਿਹਾ ਗਿਆ ਇਹ ਐਕਚੁਅਲ ਲੈਵਲ ਤੇ ਸਾਰਾ ਕੁਝ ਹੈ ਤਾਂ ਜਾ ਕੇ ਬੰਦੇ ਨੂੰ ਸਮਝ ਨਹੀਂ ਆ ਰਿਹਾ ਫਿਰ ਇੰਡੀਡ ਜਿਹੜੇ ਆਪਾਂ ਲਿਟਰੇਚਰ ਦੀ ਗੱਲ ਕਰਦੇ ਯੂਰੋਸੈਂਟ੍ਰਿਕ ਸਟਰਕਚਰ ਦੇ ਵਿੱਚ ਅਸੀਂ ਚੀਜ਼ਾਂ ਨੂੰ ਅੱਜ ਸਮਝ ਰਹੇ ਹਾਂ ਮਾਰਕਸਿਜ਼ਮ ਤੇ ਦਾ ਇੰਪੈਕਟ ਆ ਸਾਡੇ ਉਤੇ 노 ਡਾਊਟ ਉਹਨਾਂ ਨੇ ਸੋਚਣ ਦਾ ਇੱਕ ਨਜ਼ਰੀਆ ਦਿੱਤਾ ਉਸ ਲੈਵਲ ਤੇ ਪਰ ਪ੍ਰੈਕਟੀਕਲੀ ਆਪ ਸੋਚ ਕੇ ਦੇਖੋਗੇ ਕਿ ਉਹਨਾਂ ਨੂੰ ਕਿਤਨਾ ਇੱਕ ਐਕਚੁਅਲ ਲੈਵਲ ਤੇ ਸਪਿਰਚੁਅਲ ਸਕੂਲ ਆਫ ਥੌਟ ਦਾ ਐਕਸਪੋਜ਼ਰ ਸੀਗਾ ਅੱਜ ਤੇ ਉਹ ਸਾਰੇ ਸਕੂਲ ਜਿਹੜੇ ਬਿਲਕੁਲ ਲੌਜੀਕ ਤੇ ਰੈਸ਼ਨਲ ਸਾਈਡ ਤੋਂ ਆ ਰਹੇ ਸੀਗੇ ਉਸ ਲੈਵਲ ਤੇ ਆ ਗਏ ਨੇ ਜਿੱਥੇ ਜਾ ਕੇ ਕਹਿੰਦੇ ਕਿ ਨਹੀਂ ਨਹੀਂ ਰੈਸ਼ਨਲਿਸਟਿਕ ਹੋਣਾ ਕੱਲਾ ਇਹ ਐਨਫ ਨਹੀਂ ਹੈਗਾ ਕੁਝ ਤਾਂ ਰੈਸ਼ਨਲ ਤੋਂ ਪਾਰ ਹੁੰਦੀਆਂ ਹਨ ਜ਼ਰੂਰੀ ਨਹੀਂ ਹੈਗਾ ਵੀ ਹਰ ਚੀਜ਼ ਨੂੰ ਆਪਾਂ ਮਤਲਬ ਸਿੱਧ ਹੀ ਕਰ ਸਕਦੇ ਆ ਤੈਅ ਹੀ ਕਰ ਸਕਦੇ ਆ ਨਾ ਕਦੀ ਜ਼ਮਾਨਾ ਸੀਗਾ ਜਦੋਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਬੈਕਟੀਰੀਆ ਕੀ ਹੁੰਦਾ ਜਾਹਰ ਦੀ ਅੱਖ ਨਾਲ ਜੋ ਦਿਸਦਾ ਉਹੀ ਦਿਸਦਾ ਜੀਵਨੀ ਕੀ ਦੁਨੀਆ ਹੁੰਦੀ ਤੇ ਫਿਰ ਤੇ ਫਿਰ ਤੇ ਕਹਿੰਦੇ ਆਂ ਬੜੇ ਸਿਆਣੇ ਭਾਈ ਦਿਸਦਾ ਹੀ ਕੁਝ ਨਹੀਂ ਉਹ ਮਸ਼ੀਨ ਆ ਗਈ ਪਤਾ ਲੱਗਾ ਨਹੀਂ ਨਹੀਂ ਪਰ ਪੜਿਆ ਬੜੇ ਬੜੇ ਵੱਡੇ ਜਿਹੜੇ ਹੈਗੇ ਨੇ ਜਰਮਸ ਤੇ ਬੱਗਸ ਹੁੰਦੇ ਆ ਜਿਹੜੇ ਸਾਨੂੰ ਪਤਾ ਹੀ ਨਹੀਂ ਲੱਗਦਾ ਇਹਦਾ ਮਤਲਬ ਇਹ ਹੈ ਲੈਕ ਆਫ ਨੋਲੇਜ ਇਹ ਪਸਾਰੇ ਚ ਪਸਰੀ ਹੁੰਦੀ ਹੈ ਹੌਲੀ ਹੌਲੀ ਕਰਕੇ ਅਸੀਂ ਟੈਨ ਕਰਦੇ ਆ ਜਿੰਨਾ ਡੀਪ ਜਾਓਗੇ ਉਸ ਭਾਵੇਂ ਤੁਸੀਂ ਫਲਸਫੇ ਦੀ ਸਾਈਡ ਤੋਂ ਕਹਿ ਲਓ ਭਾਵੇਂ ਲਿਟਰੇਚਰ ਦੀ ਸਾਈਡ ਤੋਂ ਕਹਿ ਲਓ ਭਾਵੇਂ ਆਤਮਨੰਥਨ ਦੀ ਸਾਈਡ ਦੇ ਉੱਤੇ ਤੁਹਾਨੂੰ ਅਹਿਸਾਸ ਹੋਏਗਾ ਹਾਂ ਇੱਥੇ ਕੁਝ ਦਾ ਕੁਝ ਪਿਆ ਆ ਅਧਿਆਤਮਿਕ ਤਲ ਦੇ ਉੱਤੇ ਤੋਂ ਬਾਬਾ ਜੀ ਦੀ ਬਾਤ ਕਰਦੇ ਆ ਬੀਤੇ ਕੱਲ ਵੀ ਆਪਾਂ ਬਚਨ ਵਿਚਾਰ ਰਹੇ ਸੀ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾ ਹੈ ਇਜੜੀ ਅਧਿਆਤਮਿਕ ਯਾਤਰਾ ਇਹ ਅੰਦਰ ਦੀ ਯਾਤਰਾ ਹੈ ਉਸ ਰਮੇ ਹੋਏ RAM ਦੇ ਨਾਲ ਆਤਮ ਸਾਥ ਹੋਣਾ ਫਿਰ ਉਹਦੇ ਨਾਲ ਭੰਡਾਰ ਖਜ਼ਾਨੇ ਹੀ ਨੇ ਗੁੰਤ ਥੋੜਾ ਆ ਅਸੀਂ ਅੰਦਾਜ਼ੇ ਨਹੀਂ ਲਾ ਸਕਦੇ ਇਹ ਮਨੁੱਖੀ ਜੀਵਨ ਵਿੱਚ ਕੀ ਕੁਝ ਪਿਆ ਹੈਗਾ ਕੀ ਕੁਝ ਨਿਹਾਰ ਸਕਦਾ ਬੰਦਾ ਤੇ ਇਹੀ ਚੀਜ਼ ਜਿਹੜੀ ਸੈਲਫ ਰੈਲਾਈਜੇਸ਼ਨ ਹੈ ਮੈਂ ਸਮਝਾ ਕਿ ਸਪੋਜ਼ ਕਿਸੇ ਲੈਵਲ ਤੇ ਵੀ ਹੋ ਸਕਦਾ ਹੈ ਬੰਦਾ ਇਹ ਵੀ ਹੋ ਸਕਦਾ ਮੈਂ ਬਿਲਕੁਲ ਕੂੜਾ ਮੈਂ ਬਿਲਕੁਲ ਮਤਲਬ ਕੁਝ ਵੀ ਨਹੀਂ ਮੇਰੇ ਪੱਲੇ ਬਾਬਾ ਜੀ ਦੀ ਬਾਣੀ ਕਹਿੰਦੀ ਨਾ ਅਸਾਸਤਿਕਰ ਮਾਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਵਿਖਤ ਸੀ ਸ਼ੀਸ਼ੇ ਦੇ ਚ ਆਪਣੇ ਆਪ ਨੂੰ ਜਦੋਂ ਉਤਾਰੇਗਾ ਸ਼ੀਸ਼ੇ ਚ ਸੱਚ ਦੇ ਤੈਨੂੰ ਪਤਾ ਲੱਗੇਗਾ ਮਾਲਕ ਨੇ ਤੈਨੂੰ ਕੀ ਕੁਛ ਨਹੀਂ ਬਖਸ਼ਿਆ ਇਹ ਦੂਸਰੇ ਪਾਸੇ ਮੈਨੂੰ ਅਹਿਸਾਸ ਹੋ ਜਾਏ ਮੈਂ ਇੱਕ ਡਿਫਰੈਂਟ ਚੌਕਟੇ ਚ ਆਪਣੇ ਆਪ ਨੂੰ ਜਿਹੜਾ ਹੈਗਾ ਬੰਦ ਕਰ ਲਵਾਂ ਕਿ ਬਸ ਮੈਂ ਹੀ ਮੈਂ ਆ ਹੰਕਾਰ ਹੀ ਹੰਕਾਰ ਹੋਏ ਸਾਰਾ ਬਾਬਾ ਜੀ ਕਹਿੰਦੇ ਨਾ ਨਾ ਬਾਹਰ ਆ ਜਾ ਤੂੰ ਕੁਛ ਵੀ ਨਹੀਂ ਹਕੀਕਤ ਇਹ ਹੈ ਤੇਰੇ ਵਰਗੇ ਪਤਾ ਨਹੀਂ ਕਿੰਨੇ ਆਏ ਕਿੰਨੇ ਤੁਰ ਗਏ ਵੱਡੇ ਪਸਾਰੇ ਚ ਆਪਣੇ ਆਪ ਨੂੰ ਜਿਹੜੀ ਵੱਡੀ ਬੀਇੰਗ ਹੈ ਜਿਹੜਾ ਐਕਚੁਅਲ ਬੀਇੰਗ ਹੈ ਉਹਦੇ ਚ ਆਪਣੇ ਆਪ ਨੂੰ ਜਿਹੜਾ ਹੈਗਾ ਮਰਜ ਕਰਦੇ ਸੋ ਇਸ ਨੂੰ ਅਸੀਂ ਇੱਕ ਸਿੰਪਲ ਲੈਵਲ ਤੇ ਕਹਿੰਦੇ ਆ ਇਹ ਕੁਝ ਗਿਆਨ ਹੈ ਕੁਝ ਸੋਝੀ ਹੈ ਕੁਝ ਵਿਚਾਰ ਹੈ ਜੋ ਵਿਚਾਰ ਜੋ ਸੋਝੀ ਜੋ ਸਾਨੂੰ ਉਸ ਇੰਟਰਨਲ ਸਾਡੇ ਸਟਰਕਚਰ ਦੇ ਅੰਦਰ ਅਧਿਆਤਮੀ ਤਲ ਦੇ ਉੱਤੇ ਬਾਤ ਹੋ ਰਹੀ ਹੈ ਸਾਰੀ ਉਹਨੂੰ ਸਮਝਣ ਸਮਝਾਉਣ ਦੇ ਵਿੱਚ ਮਦਦ ਕਰਦਾ ਹੈ ਮਹਾਰਾਜ ਬਿਆਨ ਕਰਦੇ ਹੇ ਰਮੀ ਹੋਈ ਹਸਤੀ ਮੇਰੇ RAM ਕੋ ਪੰਢਾਰ ਖਾਤ ਖਰਚ ਕੁਛ ਟੋਟ ਨਾ ਆਵੇ ਅੰਤ ਨਹੀਂ ਹਰ ਪਰਿਵਾਰ ਖਾਤ ਖਰਚ ਕੁਛ ਟੋਟ ਨਾ ਆਵੇ ਨੋਲਜ ਸ਼ੇਅਰਿੰਗ ਐਸੀ ਹਾਲਾਂਕਿ ਕਲੋਨੀਅਲ ਸਿਸਟਮ ਨੇ ਕੁਝ ਚੀਜ਼ਾਂ ਕੀਤੀਆਂ ਤੇ ਕੀਤੀਆਂ ਡੀਫਾਲਟ ਮਤਲਬ ਦੇ ਵਰ ਨੋਟ ਵੈਰੀ ਓਨਸਟ ਵੈਨ ਦੇ ਵਰ ਡੂਇੰਗ ਆਲ ðiਸ ਥਿੰਗਸ ਬਿਕੋਜ਼ ਓਨ ਆਫ ði ਆਪਣੀ ਨੀਡ ਸੀਗੀ ਉਹਨਾਂ ਨੇ ਸਕੂਲਿੰਗ ਖੋਲੀ ਜਗਾ ਜਗਾ ਜਾ ਕੇ ਕਿਉਂਕਿ ਉਹਨਾਂ ਨੂੰ ਵਰਕ ਫੋਰਸ ਚਾਹੀਦੀ ਸੀ ਕਲਰਕ ਚਾਹੀਦੇ ਸੀ ਹੋਰ ਚੀਜ਼ਾਂ ਚਾਹੀਦੀਆਂ ਸੀ ਉਹਨਾਂ ਨੇ ਫੌਜੀ ਟ੍ਰੇਨਿੰਗ ਸ਼ੁਰੂ ਕੀਤੀ ਆਰਟਰੀਜ਼ ਆਰਟਰੀਜ਼ ਚੜੀ ਚਲਾਤੀਆਂ ਸਭ ਚੀਜ਼ਾਂ ਖੋਲਤੀਆਂ ਕਾਦੇ ਕਰਕੇ ਕਿਉਂਕਿ ਉਹਨਾਂ ਦੀ ਆਪਣੀ ਨੀਡ ਫੁੱਲਫਿਲ ਹੋਣੀ ਸੀ ਪਰ ਅਲਟੀਮੇਟਲੀ ਹੋਇਆ ਕਿ ਨੌਲੇਜ ਸ਼ੇਅਰਿੰਗ ਦੇ ਨਾਲ ਉਹ ਨੌਲੇਜ ਵਿੱਚ ਰਿਚ ਹੁੰਦੇ ਗਏ ਹੋਰ ਅਮੀਰ ਹੁੰਦੇ ਗਏ ਅੱਜ ਵੀ ਦੁਨੀਆ ਦਾ ਕੋਈ ਅਕੈਡੈਮਿਕ ਲੈਵਲ ਤੇ ਕੁਤੇ ਨਕਸਾ ਯੂਨੀਵਰਸਿਟੀਆਂ ਜਿਹੜੀਆਂ ਗਿਣੀਆਂ ਜਾਂਦੀਆਂ ਸਾਡੇ ਏਸ਼ੀਆ ਚ ਸ਼ਾਇਦ 2-4 ਨੂੰ ਛੱਡ ਕੇ ਕੋਈ ਨਹੀਂ ਆਉਂਦੀ ਹੈਗੀ ਸਾਰੀਆਂ ਆ ਇਧਰ ਨਾਰਥ ਅਮਰੀਕਾ ਦੀਆਂ ਨੇ ਯੂਰਪ ਦੀਆਂ ਨੇ ਉਹਨਾਂ ਦੀ ਹੀ ਕਸ਼ਿਸ਼ ਆ ਸੋ ਉਹਨਾਂ ਦੇ ਕੋਲ ਤਾਲੀਮ ਦਾ ਖਜ਼ਾਨਾ ਉਸ ਲੈਵਲ ਤੇ ਸਾਰਾ ਸਾਰਾ ਇਕੱਠਾ ਹੋ ਗਿਆ ਪਰ ਹੋਇਆ ਕਿਵੇਂ ਜਦੋਂ ਨੇ ਵੰਡਿਆ ਜਿੱਥੇ ਅਸੀਂ ਰੋਕਣ ਦੀ ਟਰਾਈ ਕਰਾਂਗੇ ਜਿੱਥੇ ਜਸਟ ਸਾਡੇ ਸਾਊਥ ਓਸ਼ੀਅਨ ਖਿੱਤੇ ਦੀ ਗੱਲ ਕਰੀਏ ਸੰਗੀਤ ਦਾ ਖਿੱਡਾ ਵੱਡਾ ਸਕੂਲ ਸੀਗਾ ਸਾਰਾ ਮਰ ਗਿਆ ਸਰਬ ਕਿਉਂ ਕਿ ਸਿਖਾਣਾ ਹੈ ਹੀ ਨਹੀਂਗਾ ਵੰਡਣਾ ਹੀ ਨਹੀਂਗਾ ਵੰਡਣ ਵਾਸਤੇ ਉਹਦੇ ਇੱਕ ਡਰ ਪਿਆ ਅੰਦਰ ਕਿ ਕੋਈ ਮੇਰੇ ਤੋਂ ਖੋਹ ਨਾ ਲ ਜਾਏ ਕੋਈ ਲੈ ਨਾ ਜਾਏ ਸਰੂਪ ਦੇ ਚ ਮਹਾਰਾਜ ਦੀ ਬਾਣੀ ਕਹਿੰਦੀ ਜਿੰਨਾ ਖਰਚੇਗਾ ਓਨਾ ਵਧੇਗਾ ਇਹੀ ਬਾਤ ਆ ਤੂੰ ਅਧਿਆਤਮਿਕ ਤਲ ਦੇ ਉਤੇ ਸੋਚੇਗਾ ਮਾਲਕ ਦੇ ਘਰ ਕੋਈ ਕਮੀ ਥੋੜਾ ਆ ਬਚਨ ਆਇਆ ਮਹਾਰਾਜ ਕਹਿੰਦੇ ਖਾਤ ਖਰਚ ਕਛ ਤੋਟ ਨਾ ਆਵੇ ਕੁਛ ਵੀ ਟੋਟਨੇਗਾ ਸਤਗੁਰ ਸ਼ਬਦ ਉਜਾਰੋ ਦੀਪਾ ਬਿਨਸੈ ਅੰਧਕਾਰ ਤਹ ਮੰਦਰ ਰਤਨ ਕੋਠਰੀ ਖੁਲੀ ਅਨੂਪਾ ਜਿਵੇਂ ਸਤਗੁਰ ਸ਼ਬਦ ਦਾ ਉਹ ਦੀਪ ਉਜਾਗਰ ਹੋ ਜਾਂਦਾ ਮੀਨ ਅੰਦਰ ਕੁਝ ਇਨਲਾਈਟਮੈਂਟ ਆ ਜਾਂਦੀ ਰੋਸ਼ਨੀ ਆ ਜਾਂਦੀ ਇਮਾਨਦਾਰ ਤੇ ਧਿਆਨਤਦਾਰ ਹੋ ਜਾਂਦਾ ਬੰਦਾ ਜੋ ਕੋਲਿਆ ਉਹ ਵੰਡ ਦੇਣਾ ਖੁੱਲੇ ਮਨ ਦੇ ਨਾਲ ਕੋਈ ਲਵੇ ਕੋਈ ਸੱਚ ਦੀ ਬਾਤ ਕਰੇ ਕੋਈ ਸੱਚ ਦੀ ਬਾਤ ਨਾਲ ਜੁੜਨਾ ਚਾਹੇ ਬਿਲਕੁਲ ਓਪਨ ਮਾਈਂਡਡ ਹੋ ਕੇ ਗੱਲ ਕਰਨੀ ਉਸ ਰੂਪ ਦੇ ਵਿੱਚ ਫਿਰ ਗੁਣਾਂ ਦੀ ਸਾਂਝ ਗੁਣ ਕਿਤੋਂ ਮਿਲੇ ગ્રਹਨ ਕਰਨਾ ਹੈ ਕੋਈ ਆਲੇ ਦੁਆਲੇ ਹੋਏ ਉਹਨੂੰ ਗੁਣ ਦੇਣਾ ਹੈ ਇਹ ਪ੍ਰਵਿਰਤੀ ਬੰਦੇ 'ਚ ਆ ਜਾਏ ਆਪਾਂ ਜਦੋਂ ਸਮਾਜਿਕ ਤੌਰ ਤੇ ਕੋਈ ਚੀਜ਼ਾਂ ਦੇਖਦੇ ਆ ਨਾ ਇੱਥੇ ਪ੍ਰਾਈਵੇਸੀ ਦੀਆਂ ਬੜੀਆਂ ਗੱਲਾਂ ਹੁੰਦੀਆਂ ਨੇ ਨੋਨ ਆਫ ਯੂਰ ਬਿਜ਼ਨਸ ਯੂ ਨੋ ਮਾਈਂਡ ਯੂਰ ਓਨ ਬਿਜ਼ਨਸ ਜਿਹੜਾ ਖਾਸ ਕਰਕੇ ਜਿੱਥੇ ਇਮੀਗ੍ਰੈਂਟਸ ਜ਼ਿਆਦਾ ਵੱਧ ਰਹੇ ਨੇ ਜਿਸ ਵੀ ਮਵਾਲਿਕ ਦੇ ਵਿੱਚ ਉੱਥੇ ਪ੍ਰੋਬਲਮ ਜਿਹੜੀਆਂ ਨੇ ਬੜੀਆਂ ਕੰਪਲੈਕਸ ਹੋ ਰਹੀਆਂ ਨੇ ਹਾਲਾਂਕਿ ਮੰਨਿਆ ਜਾਂਦਾ ਇੰਨੀ ਜ਼ਬਰਦਸਤ ਲਾ ਐਨਫੋਰਸਮੈਂਟ ਹੈਗੀ ਇੱਥੇ ਇੰਨੀ ਕੰਟਰੋਲਡ ਸੋਸਾਇਟੀ ਹੈਗੀ ਹੈ ਜਿਹਦੇ ਵਿੱਚ ਹਰ ਬੰਦਾ ਬੰਦਾ ਨਹੀਂ ਇੱਕ ਸਿਨ ਨੰਬਰ ਹੈ ਇੱਕ ਖਾਸ ਕਰਕੇ ਨੰਬਰ ਨਾਲ ਚੱਲਦਾ ਆ ਪੂਰ ਦਾ ਪੂਰਾ ਫਿਰ ਵੀ ਇੱਥੇ ਇਸ ਕਿਸਮ ਦੇ ਸੀ ਫਲਾਸ ਦੇਖਦੇ ਆ ਮਿਸਟੇਕਸ ਦੇਖਦੇ ਆ ਸੋਸਾਇਟੀ ਦੇ ਅੰਦਰ ਨਸ਼ਾ ਦੇਖੋ ਤੁਸੀਂ ਉੱਥੇ ਕ੍ਰਿਮੀਨਲ ਐਕਟੀਵਿਟੀਆਂ ਦੇਖੋ ਤੁਸੀਂ ਹੋਰ ਵਾਇਲੈਂਸ ਦਾ ਸਭ ਪਸਾਰਾ ਦੇਖੋ ਕਿਵੇਂ ਨਹੀਂ ਰੁਕਦਾ ਇੱਕ ਕਰ ਇੱਕੋ ਅਲਾਮਤ ਹੈ ਹੁਕੇਰ ਆਪ ਉਧਰ ਜਾ ਰਹੇ ਆਂ ਜਾਣਦੇ ਆ ਉਧਰ ਜਾ ਰਹੇ ਜਾਣਦੇ ਮੈਨੂੰ ਕੀ ਹੈ ਮੈਨੂੰ ਕੀ ਹੈ ਜੇ ਸਾਰੇ ਇੱਕ ਦੂਜੇ ਨਾਲ ਕਨੈਕਟਡ ਹੋਈਏ ਤਾਂ ਅਹਿਸਾਸ ਕਰੀਏ ਸਾਡਾ ਸੋਸ਼ਲ ਕੌਜ਼ ਹੈ ਇੱਕ ਜਿਹੜੀ ਹੈ ਜਿਵੇਂ ਬਾਣੀ ਮਹਾਰਾਜ ਦੇ ਬਚਨ ਕਿਆ ਬਾਬਾ ਕਬੀਰ ਜੀ ਨੇ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ ਗਵਾਂਡੀ ਦੇ ਘਰ ਅੱਗ ਲੱਗੀ ਬੰਦਾ ਕਹਿੰਦਾ ਵੀ ਉਧਰ ਹੀ ਲੱਗੀ ਆਪਣੇ ਕਿਹੜਾ ਲੱਗੀ ਹੈ ਆਪਾਂ ਨੂੰ ਕਿਹੜਾ ਘੇਰਿਆ ਗਵਾਂਡੀ ਦੇ ਘਰ ਅੱਗ ਲੱਗੀ ਤੇਰੇ ਘਰ ਅੱਗ ਲੱਗੀ ਹੋਰ ਕੀ ਹੈ ਅਲਟੀਮੇਟਲੀ ਉਹਦੀਆਂ ਲਪਟਾਂ ਤੇਰੇ ਘਰ ਤੱਕ ਪਹੁੰਚਣਗੀਆਂ ਇਸ ਤਰੀਕੇ ਨਾਲ ਦੇਖਣਾ ਅਹਿਸਾਸਨਾ ਇਸ ਤਰੀਕੇ ਦੀ ਸੋਚ ਹੋਏਗੀ ਫਿਰ ਡੈਫੀਨਿਟਲੀ ਇੱਕ ਦੂਜੇ ਦੇ ਨਾਲ ਅਸੀਂ ਕਨੈਕਟਡ ਹੋਵਾਂਗੇ ਅਸੀਂ ਸਾਂਝ ਪਾਵਾਂਗੇ ਅਸੀਂ ਇੱਕ ਦੂਜੇ ਦੇ ਦੁੱਖ ਦਰਦ ਨੂੰ ਸਮਝ ਸਕਾਂਗੇ ਭਾਈਵਾਲ ਬਣਾਂਗੇ ਅਧਿਆਤਮਕਤਾ ਹੈ ਕਰਦੀ ਹੈ ਜਿਹੜਾ ਇੰਡੀਵਿਜੂਅਲਿਜ਼ਮ ਦਾ ਬਹੁਤ ਜ਼ਿਆਦਾ ਸਾਡੇ ਸਿਰ ਦੇ ਉੱਤੇ ਭੂਤ ਸਵਾਰ ਹੁੰਦਾ ਇਹ ਮਾਰਦਾ ਵੀ ਹੈ ਸਾਨੂੰ ਤੇ ਇਹਦੇ ਅੰਦਰ ਫਿਰ ਈਵਨ ਮੋਕਸ਼ ਦੇ ਪੱਖ ਤੋਂ ਹੀ ਬਾਤ ਕੀਤੀ ਜਾਂਦੀ ਅਧਿਆਤਮਕਤਾ ਦਾ ਜਿਹੜੀ ਧਾਰਮਿਕ ਪ੍ਰਵਿਰਤੀ ਹੈ ਇਹਦਾ ਸਰਵਉੱਚ ਜਿਹੜਾ ਪ੍ਰਾਪਤੀ ਕੀ ਹੈ ਨਿਰਵਾਣਾ ਜਾਂ ਮੋਕਸ਼ ਕਿਹਾ ਜਾਂਦਾ ਹੈ ਘਰ-ਬਾਰ ਨੂੰ ਛੱਡ ਕੇ ਇੱਕ ਬੰਦਾ ਮੌਂਕ ਬਣ ਗਿਆ ਜੋਗੀ ਬਣ ਗਿਆ ਜਾ ਕੇ ਜੰਗਲ 'ਚ ਬੈਠ ਗਿਆ ਚਲੋ ਮੋਕਸ਼ ਲੈ ਲਿਆ ਬਾਬਾ ਜੀ ਕਿਹਨ ਤੇਰਾ ਮੋਕਸ਼ ਕੀ ਕਰੇਗਾ ਜੇ ਸਮਾਜ ਗਰਕ ਹੋ ਰਿਹਾ ਹੈ ਜਿਹਨੂੰ ਕੁਝ ਪਤਾ ਲੱਗਾ ਭਾਈ ਗੁਰਦਾਸ ਜੀ ਕਹਿੰਦੇ ਨਾ ਸਿੱਧ ਛੁਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਅਛਾ ਮਾਤ ਲੋਕ ਚ ਕੀ ਵਰਤਾਰਾ ਹੈ ਜੀ ਕੀ ਚੱਲ ਰਿਹਾ ਹੈ ਬਾਬਾ ਜੀ ਕਹਿੰਦੇ ਤੁਹਾਨੂੰ ਉਹਦੇ ਨਾਲ ਕੀ ਹੈ ਜੇ ਤੁਹਾਨੂੰ ਕੁਝ ਅਕਲ ਆਈ ਸੀ ਸਮਝ ਆਈ ਸੀ ਤੁਸੀਂ ਸਾਰੇ ਜੰਗਲਾਂ ਚ ਜਾ ਕੇ ਬੈਠ ਗਏ ਹੋ ਸਮਾਜ ਚ ਰਹਿੰਦੇ ਉਥੇ ਜੇ ਕੋਈ ਨੌਲੇਜ ਸੀ ਕੋ ਉਹਨੂੰ ਸ਼ੇਅਰ ਕਰਦੇ ਵੰਡਦੇ ਦੂਜੇ ਦੇ ਭਲੇ ਵਾਸਤੇ ਅਗਰਸਰ ਹੁੰਦੇ ਤਾਂ ਤੇ ਸੀਗਾ ਅਸੀਂ ਜਪਤੀ ਸਾਹਿਬ ਨੂੰ ਰੋਜ਼ ਪੜ੍ਹਦੇ ਆ ਭੁਗਤ ਗਿਆਨ ਦਇਆ ਪੰਡਾਰਨ ਕਟਕਟ ਵਾਜੈ ਨਾਦ ਭੁਗਤ ਗਿਆਨ ਦਇਆ ਪੰਡਾਰਨ ਪੰਡਾਰਨ ਜਿਵੇਂ ਕੋਈ ਮਤਲਬ ਲੰਗਰ ਦੇ ਵਿੱਚ ਅਸੀਂ ਦੇਖਦੇ ਆ ਜਿਹੜਾ ਸ਼ਖਸ ਖੜਛੀ ਲੈ ਕੇ ਜਿਹੜਾ ਲੰਗੜਵਾਰਾ ਟ੍ਰੇ ਆ ਉਹਦੇ ਉੱਤੇ ਖੜਾ ਹੁੰਦਾ ਆ ਉਹ ਪੰਡਾਰੀ ਹੈ ਉਹ ਵੰਡ ਰਿਹਾ ਹੈ ਪੁਰਾਣੇ ਸਮੇਂ ਟ੍ਰੈਡੀਸ਼ਨਲ ਵੇ ਨਾਲ ਆਪਨੇ ਦੇਖਿਆ ਹੋਵੇਗਾ ਸਾਂਝੇ ਪਰਿਵਾਰ ਹੁੰਦੇ ਸੀ ਤੇ ਉਹ ਸਾਂਝੇ ਪਰਿਵਾਰਾਂ ਦੇ ਵਿੱਚ ਚੁੱਲ੍ਹੇ ਦੇ ਅੰਦਰ ਪੰਜ ਸੱਤ ਸੂਆਣੀਆਂ ਰਲ ਕੇ ਕੰਮ ਕਰਦੀਆਂ ਸੀ ਜਦੋਂ ਚੁੱਲਾ ਬਣ ਗਿਆ ਉਸ ਰੂਪ ਦੇ ਵਿੱਚ ਬਟੋਈ ਤਿਆਰ ਹੋ ਗਈ ਤੇ ਫਿਰ ਘਰ ਦੀ ਇੱਕ ਸਿਆਣੀ ਔਰਤ ਉਹ ਕਢਚੀ ਲੈ ਕੇ ਬੈਠ ਜਾਂਦੀ ਸੀ ਉਹਦੇ ਉੱਤੇ ਉਹ ਫਿਰ ਸਾਰਿਆਂ ਨੂੰ ਪਾ ਪਾ ਕੇ ਦਿੰਦੀ ਸੀ ਹੁਣ ਸਪੋਜ਼ ਕਰੋ ਸਾਹਮਣੇ ਥਾਲੀ ਆਈ ਆ ਦਿਔਰ ਦੇ ਬੇਸੇ ਬੱਚੇ ਦੀ ਉਸੇ ਤਰੀਕੇ ਨਾਲ ਪਾਈ ਜੇਠ ਦੇ ਬੱਚੇ ਦੀ ਉਸੇ ਤਰੀਕੇ ਨਾਲ ਪਾਈ ਆਪਣੇ ਬੱਚੇ ਦੀ ਉਨੇ ਹੀ ਥੱਕੜਚੀ ਵਰਗੇ ਪਾਈ ਜੋਨੇ ਵਿਤਕਰਾ ਕੀਤਾ ਸਾਂਝਾ ਕਰਨੀ ਚੱਲੇਗਾ ਕਿਉਂਕਿ ਉੱਥੇ ਰਾਈਟ ਵੀ ਬਤਲ ਕਰਨ ਨਹੀਂ ਇਹ ਨਹੀਂ ਠੀਕ ਹੈਗਾ ਉਹਦੀ ਪੰਡਹਾਰਨ ਦੀ ਜਿਹੜੀ ਬਿਰਤੀ ਹੈ ਬਿਲਕੁਲ ਇੱਕਦਮ ਸਹੀ ਹੋਏ ਤੇ ਫਿਰ ਇਹਦੇ ਵਿੱਚ ਕੀ ਆ ਗਿਆ ਦਇਆ ਪੰਡਹਾਰਨ ਉਹ ਦਇਆ ਦੇ ਘਰ ਦੇ ਵਿੱਚ ਰਹੇ ਦਇਆ ਦੇ ਘਰ ਦੇ ਵਿੱਚ ਹੁਣ ਇਸ ਤਰ੍ਹਾਂ ਜਾਣੋ ਕਿ ਜਿਹੜਾ ਵੰਡਣ ਵਾਲਾ ਆ ਉਹ ਇਹ ਕਹੇ ਵੀ ਜੇ ਕੋਈ ਅਧਿਕਾਰੀ ਹੈ ਲੈੇ ਜੇ ਕੋਈ ਨਹੀਂ ਅਧਿਕਾਰੀ ਤੇ ਮੈਂ ਨਹੀਂ ਦੇਵਾਂਗਾ ਨਹੀਂ ਦਇਆ ਕਰਕੇ ਤਰਸ ਕਰਕੇ ਜਿਸ ਨੂੰ ਨਹੀਂ ਆਉਂਦਾ ਮੈਨੂੰ ਅਹਿਸਾਸ ਆ ਸਾਡੀ ਸਕੂਲਿੰਗ ਦੇ ਟਾਈਮ ਅ ਸਾਡਾ ਇੱਕ ਟੀਚਰ ਹੁੰਦਾ ਸੀਗਾ ਉਸਨੇ ਕਹਿਣਾ ਓਕੇ ਤੈਨੂੰ ਪਤਾ ਇਹਨੂੰ ਪਤਾ ਠੀਕ ਆ ਪੰਜ ਸੱਤ ਜਣਿਆਂ ਨੂੰ ਇਹਨਾਂ ਨੂੰ ਠੀਕ ਇਹਨਾਂ ਕ ਆਉਂਦਾ ਕੰਮ ਚਲਾਓ ਠੀਕ ਆ ਭਾਈ ਤੁਸੀਂ ਆਪ ਵਾਲਾ ਜਿਹੜਾ ਹੈਗਾ ਤੁਸੀਂ ਆਪ ਪਾਠ ਯਾਦ ਕਰਨਾ ਹੈ ਇਸ ਤਰੀਕੇ ਨਾਲ ਪੜ੍ਹਨਾ ਹੈ ਜਿਹੜੇ ਬਿਲਕੁਲ ਨਹੀਂ ਸੀ ਪਾਰਟਿਸਪੇਟ ਕਰਦੇ ਉਹਨਾਂ ਨੂੰ ਕਹਿਣਾ ਸਾਈਡ ਤੇ ਆਓ ਇੱਧਰ ਆਓ ਅੱਧੇ ਤੋਂ ਬਾਅਦ ਪੀਰੀਅਡ ਉਹਨਾਂ ਤੇ ਲਗਾ ਦੇਣਾ ਕਈ ਵਾਰੀ ਕញ្ញਾ ਨੇ ਕਰਾਂ ਜਾ ਕੇ ਕਹਿਣਾ ਇਸ ਤਰੀਕੇ ਨਾਲ ਤੇ ਉਹਨੇ ਕਹਿਣਾ ਸਾਰੀ ਕਲਾਸ ਮੇਰੇ ਬੱਚੇ ਨੇ ਜਿਹਨੂੰ ਨਹੀਂ ਆਉਂਦਾ ਉਹਨਾਂ ਨੂੰ ਸਿਖਾਉਣ ਦਾ ਮੇਰਾ ਜਾਦਾ ਫਰਜ ਆ ਇਹ ਤੇ ਫਿਰ ਕੁਝ ਕਰ ਲੈਣੇ ਕਿਉਂ ਤੇ ਬਿਲਕੁਲ ਰੁੱਲ ਜਾਣਗੇ ਦਇਆ ਦੀ ਬਿਰਤੀ ਹੈ ਮਹਾਰਾਜ ਕਹਿੰਦੇ ਜਿਹੜਾ ਪੰਡਾਰੀ ਉਹਦੀ ਬਿਰਤੀ ਇਸ ਕਿਸਮ ਦੀ ਹੋਏ ਜਿੰਨ ਨੂੰ ਗਿਆਨ ਦਾ ਸੁਹਜ ਹੈ ਤੇ ਬਲਕੇ ਹੁੰਦਾ ਏ ਕਿ ਕਹਿੰਦਾ ਕਿ ਜੇ ਕਿਸੇ ਨੇ ਲੈਣਾ ਹੈ ਲਏ ਨਹੀਂ ਲੈਣਾ ਤੇ ਹੋ ਕੇਰ ਗੁਰੂ ਬਾਬਾ ਜੀ ਜਿਵੇਂ ਸੋਚਦੇ ਪਿੰਡ ਪਿੰਡ ਗਿਰਾਂ ਗਿਰਾ ਜਾਂਦੇ ਆ ਇੰਨੀਆਂ ਉਦਾਸੀਆਂ ਕੀਤੀਆਂ ਕਿਹਾ ਨਾ ਇਹ ਗਿਆਨ ਇਹ ਸਮਝ ਸੋਝੀ ਭਈ ਸਭ ਨੂੰ ਦੇਣੀ ਹੈ ਸ਼ਬਦ ਪ੍ਰਕਾਸ਼ਨਾ ਇਹੀ ਹੈ ਇਸ ਨੂੰ ਕਿਹਾ ਸਤਗੁਰ ਸ਼ਬਦ ਉਜਾਰੋ ਦੀਪਾ ਜਦੋਂ ਰੌਸ਼ਨੀ ਵੱਲਦੀ ਸੁਰਤ ਦੇ ਵਿੱਚ ਫਿਰ ਬਿਨਸਿਓ ਅੰਧਕਾਰ ਤਹਿ ਮੰਦਰ ਮੰਦਰ ਮੀਨ ਉਹਦਾ ਹਿਰਦਾ ਕਰਿਆ ਉਹਦਾ ਕਹਿ ਲਓ ਜਿਹੜਾ ਹੈਗਾ ਜੀਵਨ ਦਾ ਸੋਚਣ ਦਾ ਨਜ਼ਰੀਆ ਉਹ ਵਾਲੀ ਕੋਠੜੀ ਜਿਹੜੀ ਹੈ ਉਹਦੇ ਚੋਂ ਹਨੇਰਾ ਬਿਨ ਸਜੰਦਾ ਉਦਿੱਤ ਫਿਰ ਅਗਿਆਨਤਾ ਨਾ ਰਹਿੰਦੀ ਅਹਿਸਾਸ ਹੁੰਦਾ ਗਿਆਨ ਉਹੀ ਗਿਆਨ ਜਿਹੜਾ ਸਭ ਵਿੱਚ ਵੰਡਿਆ ਜਾਏ ਤੇ ਭਲਾ ਵੀ ਉਹੀ ਕਰੇਗਾ ਜਿਹੜਾ ਸਭ ਦੇ ਵਿੱਚ ਮੌਜੂਦ ਹੋਏਗਾ ਇਸ ਕਰਕੇ ਸਾਂਝੀ ਵਾਲਤਾ ਦਾ ਸੰਕਲਪ ਮਨੁੱਖੀ ਪੱਖੀ ਸੰਕਲਪ ਸਮਾਜ ਪੱਖੀ ਸੰਕਲਪ ਗੁਰੂ ਬਾਬਾ ਜੀ ਕਹਿੰਦੇ ਜਿੱਥੇ ਸਮਝ ਸੋਝੀ ਹੈ ਸਭ ਵਿੱਚ ਵੰਡੋ ਇਹੀ ਕਰਤਾਰ ਦਾ ਹੁਕਮ ਹੈ ਬਚਨ ਆਇਆ ਖਾਤ ਖਰਚ ਕਛ ਤੋਟ ਨਾ ਆਵੇ ਖਾ ਖਰਚ ਵੰਡ ਇਸ ਨੂੰ ਤੋਟ ਨਹੀਂ ਆਏਗੀ ਅੰਤ ਨਹੀਂ ਹਰ ਪਰਿਵਾਰ ਬਾਕੀ ਉਸ ਵਿਹੰਦ ਦੇ ਘਰ ਦੇ ਵਿੱਚ ਕੋਈ ਕਮੀ ਥੋੜਾ ਆ ਕੋਈ ਪਾਰਾਵਾਰ ਥੋੜਾ ਹੈ ਉਹਦਾ ਸਾਡੀ ਮਾਨਵੀ ਸੋਚ ਜਿਹੜੀ ਹੈ ਇਹ ਕਈ ਵਾਰੀ ਡਰਦੀ ਹੈ ਇਹ ਕਈ ਵਾਰੀ ਅਹਿਸਾਸਦੀ ਹੈ ਪਤਾ ਨਹੀਂ ਕੀ ਬਣੇਗਾ ਮੈਂ ਅੱਜ ਹੀ ਸਵੇਰੇ ਇੱਕ এনवायरमेंटਲ ਰਿਲੇਟਡ ਕੁਝ ਪੋਡਕਾਸਟ ਜਿਹੜੀ ਹੈ ਸੁਣ ਰਿਹਾ ਸੀਗਾ ਕਿਉਂਕਿ ਅਮਰੀਕਾ ਦੇ ਵਿੱਚ ਅਲਬਾਮਾ ਤੇ ਹੋਰ ਕੁਝ ਏਰੀਆਜ਼ ਦੇ ਅੰਦਰ ਲਗਾਤਾਰ ਬੜਾ ਵੈਦਰ ਜਿਹੜਾ ਹੈਗਾ ਉਹ ਚੈਲੈਂਜਿੰਗ ਹੈਗਾ ਮੌਤਾਂ ਵੀ ਹੋਈਆਂ ਨੇ ਕਈ ਦਰਜਨ ਜਿਹੜੇ ਨੇ ਟਰਨਾਡੋ ਹਿੱਟ ਕੀਤੇ ਨੇ ਬੜੇ ਥੋੜੇ ਜੇ ਸਮੇਂ ਦੇ ਵਿੱਚ ਬੀਟ ਇਜ਼ ਵੈਰੀ ਅਲਰਮਿੰਗ ਸਿਚੁਏਸ਼ਨ ਬੜੀ ਅਲਰਮਿੰਗ ਹੈਗੀ ਉਸ ਰੂਪ ਦੇ ਵਿੱਚ ਤੇ ਅਜੇ ਅਸੀਂ ਬੜੇ ਉਸ ਮਾਲਕ ਦੀ ਗੱਲ ਕਰ ਰਹੇ ਹਾਂ ਜਿਹਦੇ ਕੋਲ ਰਿਸੋਰਸਸ ਬਹੁਤ ਨਹੀਂ ਜਿਸ ਤੋਂ ਅਸੀਂ ਪਰਲੇ ਪਾਸੇ ਚਲੇ ਜਾਈਏ ਖਾਸ ਕਰਕੇ ਏਸ਼ੀਆ ਅਫਰੀਕਾ ਵਾਲੇ ਪਾਸੇ ਜਿੱਦੋਂ ਉੱਥੇ ਹਾਲ ਹਾਲਾਤ ਬਣੇ ਉੱਥੇ ਤੋਂ ਹੋਏਗਾ ਕਿ ਸੋਚੇ ਨਹੀਂ ਜਾ ਸਕਦਾ ਉਸ ਰੂਪ ਦੇ ਵਿੱਚ ਤੇ ਬੰਦਾ ਕਈ ਵਾਰੀ ਡਰਦਾ ਵੀ ਹੈ ਉਹ ਖਰੋਨ ਅਨੁਸਾਰੀ ਗੱਲ ਕੀਤੀ ਕਿ નોਨ ਡਾਊਟ ਐਜ਼ ਅ ਹਿਊਮਨ ਬੀਇੰਗ ਸਾਡੇ ਕੋਲ ਬੜੀ ਥੋੜੀ ਵਿੰਡੋ ਬੱਜੀ ਹੈ এনवायरमेंट ਬਾਰੇ ਕੁਝ ਸੋਚਣ ਦੀ ਕੰਮ ਕਰ ਸਕਣ ਦੀ ਪਰ ਫਿਰ ਵੀ ਉਹ ਕਹਿੰਦਾ ਬਹੁਤਾ ਡਰਨ ਦੀ ਵੀ ਲੋੜ ਨਹੀਂ ਹੈ ਅਖੀਰ ਗੱਲ ਇੱਥੇ ਮੁਕਾਂਦਾ ਕੁਦਰਤ ਦਾ ਸਖਾਣ ਦਾ ਇੱਕ ਤਰੀਕਾ ਵੀ ਹੈ ਹੋ ਸਕਦਾ ਇਹਦੇ ਵਿੱਚੋਂ ਕੁਝ ਅਡਾਪਟੇਸ਼ਨ ਆ ਜਾਏ ਸਾਡੇ ਅੰਦਰ ਅਸੀਂ ਕੁਝ ਕਿਉਂਕਿ ਉਹਦਾ ਪਾਰਾ ਵਾਰ ਥੋੜਾ ਹੈ ਕੋਈ ਉਹ ਬਿੰਦ ਕਿਸ ਕਿਸ ਤਰੀਕੇ ਨਾਲ ਸਾਨੂੰ ਸਿਖਾਏ ਇਹੋ ਜੇ ਸਾਰੇ ਐਪੀਸੋਡਸ ਨੂੰ ਦੇਖ ਕੇ ਬੰਦੇ ਦੀ ਚੁਆਇਸ ਜਿਹੜੀ ਇੱਕਦਮ ਬਦਲੇ ਉਸ ਰੂਪ ਦੇ ਵਿੱਚ ਉਹ ਇੱਕਦਮ ਅਹਿਸਾਸ ਹੋਇਆ ਕਿ ਨਹੀਂ ਨਹੀਂ ਮੇਰੇ ਫਰਜ਼ਾਤ ਕੀ ਨੇ ਆਪਣੇ ਬਾਰੇ ਆਪਣੇ ਆਲੇ ਦੁਆਲੇ ਬਾਰੇ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਗੁਰਮਤਾ ਅਸ਼ੇ ਦੇ ਚ ਪੂਜਾ ਅਰਚਨਾ ਤੇ ਧਰਮ ਹੈ ਨਹੀਂਗਾ ਕੋਈ ਵੀ ਬੰਦਾ ਕੋਈ ਕਹੇ ਵੀ ਖਾਸ ਕਿਸਮ ਦੀ ਪੂਜਾ ਹੀ ਧਰਮ ਆ ਬਾਬਾ ਜੀ ਨੇ ਸੈਂਕੜੇ ਸਾਲ ਪਹਿਲਾਂ ਕਹਿ ਦਿੱਤਾ ਵੀ ਛੱਡੋ ਪੁਰਾਣੀ ਇਹ ਕਿਹੜੀ ਪੂਜਾ ਹੋਈ ਇਹਤੇ ਬੰਦੇ ਤੇ ਬੰਦੇ ਤੇਰੇ ਪੱਲੇ ਕੀ ਹੈ ਸ੍ਰੀ ਮਹਾਰਾਜ ਨੇ ਆਰਤੀਆਂ ਦੀ ਗੱਲ ਕੀਤੀ ਮਹਾਰਾਜ ਕਹਿੰਦੇ ਹੋ ਮੰਜ਼ਰ ਦੇਖੋ ਮਦਰ ਨੇਚਰ ਤੇ ਗਗਨ ਮੈਂ ਥਾਲ ਦਰ ਵਿਚੰਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਨ ਚਬਰੂ ਕਰੇ ਸਗਲ ਬਨ ਰਾਇ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਐਕਚੁਅਲੀ ਧਰਮ ਦਾ ਸੰਕਲਪ ਦੇਖੋ ਕੀ ਹੈ ਫਿਰ ਧਰਮ ਦਾ ਸੰਕਲਪ ਕੀ ਹੈ ਸਰਬ ਕਲਿਆਣ ਸਭ ਦੇ ਭਲੇ ਵਾਸਤੇ ਅਗਰਸਰ ਹੋਣਾ ਭਲਾ ਬੀਜਣਾ ਭਲਾ ਵੜਨਾ ਭਲੇ ਦੇ ਵਿੱਚ ਅਗਰਸਰ ਹੋਣਾ ਜੇ ਜਦੋਂ ਅਸੀਂ ਇਹ ਸਾਰੇ ਚ ਗੱਲ ਕਰਦੇ ਆਂ ਤੇ ਫਿਰ ਮਦਰ ਨੇਚਰ ਦੇ ਪ੍ਰਤੀ ਸਾਡੀ ਇੱਕ ਡਿਊਟੀ ਵੀ ਹੈ ਕੰਟ੍ਰਿਬਿਊਟ ਕਰਨਾ ਐਸੇ ਇਹ ਜੋ ਇਕੋਸਿਸਟਮ ਹੈ ਨਾ ਸਾਰਾ ਇਹ ਚ ਸੰਸਾਰ ਨੂੰ ਤਬਾਹ ਕਰਨਾ ਬਰਬਾਦ ਕਰਨਾ ਬਿਰਖਾਂ ਦਰਖਤਾਂ ਨੂੰ ਸਭ ਨੂੰ ਉਜਾੜ ਦੇਣਾ ਸਭ ਇਹ ਇਹ ਕੋਈ ਬੰਦੇ ਦੀ ਸਹੀ ਕੰਟ੍ਰਿਬਿਊਸ਼ਨ ਐ ਇਸੇ ਕਰਕੇ ਬਾਬਾ ਜੀ ਨੇ ਕਿਹਾ ਦੇਖ ਧਰਮ ਦੀ ਸਮਝ ਆਏਗੀ ਜੇ ਤੁਹਾਨੂੰ ਪਤਾ ਲੱਗੇਗਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਹਤ ਮਹਾਤਮਿਨ ਮਮ ਹਿਤ ਤੇਰੀ ਜਿਹੜੇ ਸੈਲਫ ਇੰਟਰਸਟ ਨੇ ਕਿੱਦੇ ਚ ਫੁੱਲਫਿਲ ਹੁੰਦੇ ਨੇ ਸਾਰੀ ਮਿੱਟੀ ਖਰਾਬ ਹੋ ਗਈ ਸਾਰਾ ਪਾਣੀ ਖਰਾਬ ਹੋ ਗਿਆ ਸਾਰੀ ਧਰਤੀ ਖਰਾਬ ਹੋ ਗਈ ਤੇਰੇ ਹਿੱਤ ਕਿੱਥੇ ਸਿਕਿਉਰ ਰਹਿ ਗਏ ਇਹ ਥੋੜਾ ਹੈ ਕਿਥੋਂ ਭੱਜ ਕੇ ਦੂਜੇ ਆਈਲੈਂਡ ਚਲਾ ਜਾਏਗਾ ਤੀਜੇ ਆਈਲੈਂਡ ਚਲਾ ਜਾਏਗਾ ਨਾ ਇਹ ਸਾਰਾ ਕੁਝ ਕਨੈਕਟਡ ਆ ਇਹ ਨੇ ਵੇ ਇਹ ਬੜਾ ਗਲੋਬਲ ਵਿਜ਼ਨ ਦੀ ਗੱਲ ਕਰਦੇ ਆ ਸੀ ਬਾਬਾ ਜੀ ਇਹ ਸਾਰੇ ਦੀ ਬਾਤ ਕਰਦੇ ਪਰ ਇਹ ਹੈ ਬੰਦੇ ਨੂੰ ਸਮਝ ਹਾਂ ਆਵੇਗੀ ਜਿਵੇਂ ਜਿਵੇਂ ਉਹ ਆਪਣੇ ਆਲੇ ਦੁਆਲੇ ਚ ਵਾਪਰਨ ਵਾਲੇ ਇਸ ਸਾਰੇ ਵਰਤਾਰੇ ਨੂੰ ਦੇਖੇਗਾ ਮਹਾਰਾਏ ਬਿਆਨ ਕਰਦੇ ਕੋਈ ਪਰਿਵਾਰ ਥੋੜਾ ਉਹਦਾ ਕੋਈ ਥੋੜਾ ਕਮੀ ਖਾਮੀ ਆ ਕੋਈ ਉਹ ਸਮਝਣ ਸਮਝਾਣ ਤੇ ਆਵੇਗਾ ਤੇ ਬੰਦੇ ਦੀ ਸਮਝ ਜੀ ਉਹ ਚੀਜ਼ਾਂ ਪਈ ਜਾਣਗੀਆਂ ਅਲਟੀਮੇਟਲੀ ਬੰਦੇ ਦੇ ਸਿੱਖਣ ਦਾ ਕੋਈ ਢੰਗ ਉਹ ਇਸ ਰੂਪ ਵਿੱਚ ਬਖਸ਼ੇਗਾ ਇਹਦੀ ਬਾਤ ਕੀਤੀ ਜਾ ਰਹੀ ਐਜ਼ ਆਈ ਅੰਡਰਸਟੈਂਡ ਰਹਾਓ ਸ਼ੁਰੂਆਤੀ ਬੰਦ ਦੇ ਕੇ ਫਿਰ ਵਾਈਂਡ ਅਪ ਕਰਦੇ ਨੇ ਮਹਾਰਾਜ ਕਹਿੰਦੇ ਰਤਨ ਜਵੇਹਰ ਨਾਮ ਸਤ ਸੰਤੋਖ ਗਿਆਨ ਬਿਲਕੁਲ ਨੈਰੋ ਡਾਊਨ ਕਰੀਏ ਨਾ ਤੇ ਸਾਡੀ ਲੋੜ ਸਤ ਸੰਤੋਖ ਗਿਆਨ ਗਿਆਨ ਨੋਲੇਜ ਨੂੰ ਕਿਹਾ ਜਾਂਦਾ ਹੈ ਜਿੰਨੀ ਮਰਜ਼ੀ ਨੌਲੇਜ ਆ ਜੇ ਬੰਦੇ ਦੇ ਕੋਲ ਆਪਾਂ ਫਿਰ ਬੜੀ ਹਾਈਲੀ ਐਜੂਕੇਟਿਡ ਸੋਸਾਇਟੀ ਚ ਬੈਠੇ ਆ ਇਹਦੀ ਗੱਲ ਕਰੀਏ ਇੱਥੇ ਤੁਸੀਂ ਐਡਿਕਸ਼ਨ ਦੀ ਹਾਲਤ ਦੇਖੋ ਕੀ ਹੈ ਮਤਲਬ ਇਹ ਇੰਤਹਾਈ ਹੈ ਹੁਣੇ ਥੋੜਾ ਇੱਕ ਨੌਲੇਜ ਨਹੀਂ ਹੈਗੀ ਅਸੀਂ ਐਡਿਕਸ਼ਨ ਨਾਲ ਐਸੇ ਕਾਉਂਸਲਰ ਡੀਲ ਕਰਦੇ ਆ ਉਹਦੇ ਨਾਲ ਕਾਫੀ ਸਾਰਾ ਸਾਡਾ ਮੇਨ ਕੰਮ ਉਹਦੇ ਚੇ ਹੁੰਦਾ ਹੁਣ ਕੋਈ ਬੰਦਾ ਕਿਸੇ ਸਬਸਟੈਂਸ ਦੇ ਨਾਲ ਐਡਿਕਟ ਹੈ ਆ ਉਹਦੇ ਨਾਲ ਦੋ ਚਾਰ ਕਰ ਹੋ ਰਿਹਾ ਆ ਉਦਨ ਨਾਲ ਬੈਠ ਕੇ ਤੁਸੀਂ ਗੱਲ ਕਰੋਗੇ ਨੌਲੇਜ ਸ਼ੇਅਰਿੰਗ ਹੋਏਗੀ ਇਹ ਤੇਰਾ ਲਿਵਰ ਡੈメージ ਕਰ ਦੇਗਾ ਇਹ ਤੇਰੇ ਕਿਡਨੀ ਡੈメージ ਕਰ ਦੇਗਾ ਸਾਰਾ ਕੁਝ ਕਾਉਂਸਲਰ ਨੂੰ ਤੇ ਕੁਝ ਵੀ ਨਹੀਂ ਪਤਾ ਜਿੰਨੀ ਨੌਲੇਜ ਉਹਦੇ ਕੋਲ ਆ ਬੰਦੇ ਕੋਲ ਹੋ ਗਾਇਆ ਇਹ ਸਾਰਾ ਕੁਝ ਤੇ ਮੈਨੂੰ ਬਹੁਤ ਜ਼ਿਆਦਾ ਪਤਾ ਹੈ ਫਿਰ ਹੋਇਆ ਕੀ ਹੈ ਇਹ ਨੌਲੇਜ ਜਿਹੜੀ ਹੈ ਇਹ ਹੁਣ ਦੇ ਬਾਵਜੂਦ ਵੀ ਆਧ ਤਾਨਾ ਪੱਖ ਤੋਂ ਬਦਲਾ ਨਹੀਂ ਆ ਰਿਹਾ ਹਾਂ ਕੁਝ ਹੋਰ ਨੌਲੇਜ ਚਾਹੀਦੀ ਹੈ ਫਿਰ ਇਹ ਮੰਨਿਆ ਮੰਨਿਆ ਜਾਂਦਾ ਐਡਿਕਸ਼ਨ ਇਜ਼ ਅ ਡਿਜ਼ੀਜ਼ ਮਾਡਲ ਇੱਥੇ ਲਿਆਂਦਾ ਜਾਂਦਾ ਇਹ ਸਿੰਟਮਸ ਨੇ ਤੇ ਦੇ ਪਿੱਛੇ ਕੋ ਹੋਰ ਰੀਜ਼ਨ ਚੱਲ ਰਿਹਾ ਉਹਨੂੰ ਲੱਭੀਏ ਦੈਟਸ ਫਾਈਂਡ ਆਊਟ ਆਪਣੇ ਆਪ ਨੂੰ ਖੋਜ ਖੋਜ ਥੋੜਾ ਕਿੱਥੋਂ ਆ ਰਿਹਾ ਹੈ ਇਹ ਕਿਉਂ ਆਪਣੇ ਆਪ ਨੂੰ ਇਸ ਤਰੀਕੇ ਨਾਲ ਕਿਤੇ ਹਾਰਮ ਕਰ ਰਹੇ ਆ ਕਿਤੇ ਸੈਲਫ ਟਰੀਟ ਕਰਨ ਵਾਸਤੇ ਉਹ ਇੱਕ ਜਿਹਾ ਜੇ ਮੈਡੀਸਨ ਦੇ ਤੌਰ ਤੇ ਯੂਜ਼ ਕਰ ਰਹੇ ਆ ਜਾਂ ਐਸਕੇਪ ਕਰ ਰਹੇ ਆ ਕਿਸੇ ਚੀਜ਼ ਤੋਂ ਵਟ ਇਜ਼ ਦੈਟ ਉਹਨੂੰ ਹੰਟ ਕਰਦੇ ਹੁਣ ਨੌਲੇਜ ਦੂਜੇ ਪਾਸੇ ਨਤਰੀ ਹੈ ਹੁਣ ਰੀਅਲ ਨੌਲੇਜ ਆ ਹੁਣ ਸਿਰਫ ਸਬਸਟੈਂਸ ਦੀ ਨੌਲੇਜ ਹੋਣੀ ਇਨਫ ਨਹੀਂ ਹੈਗੀ ਹੁਣ ਆਪਣੇ ਆਪੇ ਦੀ ਨੌਲੇਜ ਇਹ ਐਕਚੁਅਲੀ ਨਾਮ ਦਾ ਨਾਮ ਦਾ ਖਜ਼ਾਨਾ ਹੈ ਨਾਮ ਦੀ ਧਾਰਾ ਹੈ ਆਪਣੇ ਆਪ ਬਾਰੇ ਸਮਝਣਾ ਜੋ ਕੁਝ ਮੈਂ ਖਾਣਾ ਪੀਣਾ ਹੰਡਾਣਾ ਵਾਂ ਇਹਦੀਆਂ ਚੁਆਇਸਸ ਬਣਾਉਣ ਦਾ ਮੇਰਾ ਕੋਈ ਰੀਜ਼ਨ ਹੈ ਪਿੱਛੇ ਉਹ ਰੀਜ਼ਨ ਲੱਭਾਂ ਮੈਂ ਜਦੋਂ ਰੀਜ਼ਨ ਲੱਭ ਗਿਆ ਉਹ ਦਿਨ ਹੋ ਸਕਦਾ ਖਾਣਾ ਸੁਧਰ ਜੇ ਮੇਰਾ ਪਾਣਾ ਸੁਧਰ ਜੇ ਮੇਰਾ ਇਹੀ ਬੰਦੇ ਦਾ ਆਤਮ ਸੁਧਾਰਿਆ ਬਾਬਾ ਜੀ ਕਹਿੰਦੇ ਇਹ ਨਾਮ ਦੀ ਧਾਰਾ ਹੈ ਬਚਨ ਆਇਆ ਰਤਨ ਜਵੇਹਰ ਨਾਮ ਇਸ ਤੋਂ ਕੀਮਤੀ ਕੋਈ ਚੀਜ਼ ਨਹੀਂ ਸਾਡਾ ਅਸੀਂ ਕਿਉਂਕਿ ਦੇਖਾ ਦੇਖੀ ਸਭ ਸਿੱਖਦੇ ਆ ਤੇ ਜਿਹੋ ਜਿਹੇ ਸਕੂਲਿੰਗ ਸਾਡੀ ਹੋਈ ਹੈ ਸਮਾਜ ਦੇ ਵਿੱਚ ਪਰਿਵਾਰ ਦੇ ਵਿੱਚ ਬਸ ਕੀਮਤੀ ਚੀਜ਼ਾਂ ਦੇ ਮਗਰ ਭਜਣਾ ਉਸ ਰੂਪ ਦੇ ਵਿੱਚ ਜਿੱਦ ਨੇ ਸਮਝ ਲੱਗ ਗਈ ਕੀਮਤੀ ਜਿਹੜੀ ਚੀਜ਼ ਹੈ ਉਹ ਹਿਮਨ ਵਰਚੂਜ਼ ਨੇ ਜਿਹਦੀ ਆਪਾਂ ਸ਼ੁਰੂਆਤ ਚ ਬਾਤ ਕੀਤੀ ਸੀਗੀ ਉਸ ਦਿਨ ਫਿਰ ਬੰਦੇ ਦੀ ਬਿਲਕੁਲ ਸੋਚ ਬਦਲੇਗੀ ਚੋਣ ਬਦਲੇਗੀ ਦੈਨ ਵੀ ਗੈਣਾ ਹੈਵ ਟੂਟਲੀ ਡਿਫਰੈਂਟ ਕਾਈਂਡ ਆਫ ਚੋਇਸਿਸ ਇਸ ਨੂੰ ਮਹਾਰਾਜ ਕਹਿੰਦੇ ਗਿਆਨ ਆਏਗਾ ਫਿਰ ਗਿਆਨ ਵਿੱਚ ਸਤ ਤੇ ਸੰਤੋਖ ਸਤ ਹਲੇ ਕਰੈਕਟਰ ਨੂੰ ਕਿਹਾ ਜਾਂਦਾ ਪਰ ਇੰਟੈਗ੍ਰਿਟੀ ਤੋਂ ਬਿਨਾ ਕਰੈਕਟਰ ਨਹੀਂ ਆਉਂਦਾ ਤੇ ਸੰਤੋਖ ਕੰਟੈਂਟਮੈਂਟ ਆ ਆਤਮਪੂਰਤੀ ਜਿਹੜੀ ਸੈਲਫ ਕਨਜੇਸ਼ਨ ਹੈਗੀ ਜਿਸसे ਜਾ ਕੇ ਬੰਦਾ ਆਪਣੇ ਆਪ ਨੂੰ ਬਿਲਕੁਲ ਰਿਐਲਿਟੀ ਦੇ ਵਿੱਚ ਬਿਲਡ ਕਰਦਾ ਹੈ ਇਹਦੇ ਉੱਤੇ ਮਹਾਰਾਜ ਇਹ ਸਾਰਾ ਫੋਕਸ ਕਰਦੇ ਨੇ ਨਾ ਪਾਵਨ ਬਚਨਾਂ ਦੇ ਇਸ ਤਰੀਕੇ ਦੇ ਨਾਲ ਰੈਸਟ ਆਫ ਸ਼ਬਦ ਦੀ ਵਿਆਖਿਆ ਦੇ ਵਿੱਚ ਹੀ ਹੈ ਦੀ ਦੀ ਵਿਚਨਾ ਹੁੰਦੇ ਸਮੇਂ ਚ ਕਰਾਂਗੇ ਅੱਜ ਵਾਸਤੇ ਸਿਰਫ ਇਤਨਾ ਹੀ ਕੀ ਇਹ ਨਾਮ ਦਾ ਖਜ਼ਾਨਾ ਜਿਹੜਾ ਬਾਬਾ ਜੀ ਸਾਨੂੰ ਬਖਸ਼ਦੇ ਤੇ ਬਾਬਾ ਜੀ ਕਹਿੰਦੇ ਤੇਰੇ ਅੰਦਰ ਹੀ ਅਸੀਂ ਬਚਨ ਪੜਦਾ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸ਼ਰਾਮ ਇਸੇ ਨੂੰ ਸਮਝਣ ਵਾਸਤੇ ਕਿਹਾ ਅਹਿਸਾਸ ਰੱਖੀ ਇਹ ਜੁਵਿੰਤ ਨੂੰ ਸਮਝ ਲੱਗੇਗੀ ਨਾ ਸਮੁੰਦ ਬਿਰੋਲ ਸ਼ਰੀਰ ਹਮ ਦੇਖਿਆ ਇੱਕ ਬਸਤ ਅਨੂਪ ਦਿਖਾਈ ਇੱਕ ਅਨੁਪਮ ਬਸਤ ਇੱਕ ਐਸੀ प्राप्ति ਜਿਹਦੀ ਜਿਹਦੀ ਉਪਮਾ ਦੇਣੀ ਵੀ ਹਾਰਡ ਹੋ ਜਾਏਗੀ ਉਸ ਚੀਜ਼ ਨੂੰ ਤੂੰ ਪ੍ਰਾਪਤ ਕਰ ਸਕਦਾ ਹੈ ਇਹ ਪਾਵਨ ਬਚਨਾਂ ਦੀ ਵਿਵੇਚਨਾ ਡੈਫੀਨਿਟਲੀ ਉਹਨਾਂ ਦੇ ਕਲ ਕਰਨ ਦਾ ਯਤਨ ਹੋਏਗਾ ਅਜ ਵਾਸਤੇ ਤੇ ਸਮਾਪਤੀ ਅੱਜ ਤੋਂ ਸਿੱਖ ਹੈਰੀਟੇਜ ਮੰਥ ਪ੍ਰਾਰੰਭ ਹੋ ਰਿਹਾ ਕੈਨੇਡਾ ਦੇ ਅੰਦਰ ਉਦੀ ਆਪ ਸਭ ਨੂੰ ਬਹੁਤ ਸਾਰੀ ਮੁਬਾਰਕਬਾਦ ਬੀਇੰਗ ਅ ਸਿੱਖ ਸਾਨੂੰ ਇਸ ਚੀਜ਼ ਦਾ ਮਾਣ ਵੀ ਹੈ ਕੈਨੇਡੀਅਨ ਸੋਇਲ ਦੇ ਉੱਤੇ ਸੋ ਬਰੇ ਤੋਂ ਬੱਦੀ ਸਾਡੀ ਹਿਸਟਰੀ ਹੈਗੀ ਹੈ ਸਾਡੇ ਪੁਰਖਿਆਂ ਬਜ਼ੁਰਗਾਂ ਨੇ ਇਥੇ ਬੜੀਆਂ ਐਫਰਟਸ ਪਾਈਆਂ ਮੱਲਾ ਪਾਈਆਂ ਹੁਣ ਅਸੀਂ ਇਸ ਵੱਡੇ ਪੱਧਰ ਤੇ ਇਸ ਸੋਸਾਇਟੀ ਦੇ ਅੰਦਰ ਇਹਦੇ ਹਰ ਰੰਗ ਨੂੰ ਮਾਨਦ ਰੇ ਆ ਕੰਟਰੀਬਿਊਟ ਵੀ ਕਰ ਰਹੇ ਆ ਤੇ ਸਾਰੇ ਦੇ ਬਾਬਤ ਆਪ ਗੱਲ ਕਰੋ ਪਰਿਵਾਰਾਂ ਵਿੱਚ ਗੱਲ ਕਰੋ ਜਿੱਥੇ ਕਿਤੇ ਆ ਤੁਹਾਡੇ ਵਰਕ ਪਲੇਸਸ ਨੇ ਉਹਨਾਂ ਤੇ ਗੱਲ ਹੋਏ ਸਕੂਲਸ ਵਿੱਚ ਵੇਰ ਐਵਰ ਕੰਟਰੀਬਿਊਟ ਕਰੋ ਉਸ ਤੰਗ ਦੇ ਨਾਲ ਤਾਂ ਕਿ ਜਿਹੜਾ ਸਿੱਖ ਹੈਰੀਟੇਜ ਮੰਨ ਤੇ ਸਾਡੀ ਹੈਰੀਟੇਜ ਜਿਹੜੀ ਬੜੀ ਅਨ ਰਿਚ ਹੈ ਜਿਹਦੇ ਚ ਗੁਰਬਾਣੀ ਹੈ ਜਿਹਦੇ ਚ ਸਾਡੀ ਵਿਰਾਸਤ ਹੈ ਸਾਡਾ ਇਹ ਪੂਰਾ ਇਤਿਹਾਸ ਹੈ ਉਹਦੀ ਤੋਂ ਬਾਤ ਉਸ ਰੂਪ ਵਿੱਚ ਚੱਲੇ ਸੋਦੇ ਲਈ ਅੱਜ ਤੋਂ ਇਹ ਮੌਕਾ ਬਣਿਆ ਹੈ ਸੋਸਾਇਟੀਜ਼ ਦੇ ਵਿੱਚ ਡਿਫਰੈਂਟ ਡਿਫਰੈਂਟ ਵੇ ਦੇ ਨਾਲ ਸਾਡੀਆਂ ਜਿਹੜੀਆਂ ਸੋਸ਼ਲ ਆਰਗੇਨਾਈਜੇਸ਼ਨਸ ਨੇ ਉਹ ਵੀ ਪ੍ਰੋਗਰਾਮ ਉਲੀਕਦੀਆਂ ਨੇ ਜਿਵੇਂ ਡਰਗ ਅਵੇਅਰਨੈਸ ਸੁਸਾਇਟੀ ਡਾਸਟ ਨੇ ਇਹ ドライ ਮੰਥ ਦੇ ਤੌਰ ਤੇ ਸਿੱਖ ਪਰਿਵਾਰਾਂ ਨੂੰ ਕਿਹਾ ਕਿ ਬਿਲਕੁਲ ਨਸ਼ੇ ਨੂੰ ਬਿਲਕੁਲ ਵਰਜਦੇ ਨਾ ਹੈ ਇਸ ਮਹੀਨੇ ਦੇ ਅੰਦਰ ਕਿਉਂਕਿ ਸਿੱਖ ਹੈਰੀਟੇਜ ਮੰਥ ਹੈ ਆ ਅਟ ਲੀਸਟ ਇਨਾਈ ਕਮਿਟਮੈਂਟ ਐਹਦਨਾਮਾ 'ਚ ਕਰੀਏ ਤਾਂ ਕਿ ਕਰਾਂ ਦੇ ਵਿੱਚੋਂ ਨਸ਼ੇ ਦੀ ਜਿਹੜੀ ਅਲ੍ਹਾਮਤ ਹੈ ਘਟ ਸਕੇ ਉਸ ਰੂਪ ਦੇ 'ਚ ਉਹਦੇ 'ਚ ਆਪ ਪਾਰਟਿਸਿਪੇਟ ਕਰ ਸਕਦੇ ਹੋ ਜਾਂ ਹੋਰ ਬਹੁਤ ਸਾਰੇ ਪ੍ਰੋਗਰਾਮਸ ਹੈਗੇ ਨੇ ਉਹ ਦੇ ਅਕੋਰਡਿੰਗਲੀ ਸੋ ਇਹ ਸਾਰੇ ਬਾਬਤ ਗੱਲ ਕਰੀਏ ਜਾਣੀਏ ਉਹਦੀ ਬਹੁਤ ਸਾਰੀ ਮੁਬਾਰਕਬਾਦ ਦੇ ਨਾਲ ਤੇ ਆਪਣੀ ਜ਼ਿੰਮੇਵਾਰੀ ਨਿਭਾਣ ਦੇ ਅਹਿਸਾਸ ਵਾਸਤੇ ਸੋਚਣ ਵਾਸਤੇ ਲੱਗਣ ਲਈ ਆਪ ਸਮੂਹ ਸੰਗਤ ਤੋਂ ਮੈਂ ਇਸ ਕਿਸਮ ਦੀ ਆਸ ਦੇ ਨਾਲ ਹੀ ਫਤਿਹ ਦੀ ਸਾਂਝ ਕਰ ਰਿਹਾ ਹਾਂ ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ